ਹਾਂਜੀ ਫਿਰ ਕਿੱਦਾਂ ਲੱਗਿਆ ਸ਼ਗਾਰੀ ਟੂ ਆ ਰਹੀ ਬੜੀ ਖੁਸ਼ੀ ਦੀ ਗੱਲ ਹੈ ਜੀ ਆਪਾਂ ਤਾਂ ਚੰਗਾ ਲੱਗ ਹੀ ਰਿਹਾ ਪਰ ਸਾਡੀ ਆਡੀਅנס ਬਹੁਤ ਉਡੀਕ ਕਰ ਰਹੀ ਹੈ ਸਿੱਦਤ ਦੇ ਨਾਲ ਆਡੀਅਰ ਰੋਜ਼ ਪੁੱਛਦੀ ਹੈ ਕਿ ਸ਼ਗਾਰੀ ਟੂ ਕਦੋਂ ਆਊ ਕਦੋਂ ਆਊ ਕਦੋਂ ਆਊ ਮੈਂ ਤਾਂ ਥੱਕ ਗਿਆ ਜਵਾਬ ਦਿੰਦੇ ਦਿੰਦੇ ਕਹਿੰਦੇ ਹੈ ਗੱਬਰੂ ਬੜੇ ਪੁਰਾਣੇ ਖਿਡਾਰੀ ਹੈ ਕਈ ਜਨਰੇਸ਼ਨਸ ਤੇ ਹਜੇ ਵੀ ਪੈਂਦੇ ਪੂਰੇ 파ਰੂ ਐ ਯਾਦ ਕਦੀ ਵੀ ਕਾਮਯਾਬੀ ਤੇ ਸ਼ੌਂਕ ਦੀ ਕਹਾਣੀ ਲਿਖੇਗਾ ਕੋਈ ਲਿਖਾਰੀ ਹਰ ਪਾਸਿਓਂ ਬਸ ਇੱਕੋ ਨਾਮ ਆਊਗਾ ਜਿਨ੍ਹਾਂ ਨੂੰ ਕਹਿੰਦੇ ਐ ਪਿੰਡ ਚੱਕਾਂ ਦੇ ਸ਼ਿਕਾਰੀ ਸੋ ਸਵਾਗਤ ਕਰਦੇ ਆ ਹਰ ਦਿਲ ਅਜ਼ੀਜ਼ ਕਲਾਕਾਰਾਂ ਦਾ ਗੋਗੋ ਗਿਲੈਨਾਸ਼ੀਸ਼ ਦੁੱਗਲ ਤਾਲੀਆਂ ਵੈਲਕਮ ਟੂ ਆਰ ਸ਼ੋ ਦ ਕ੍ਰਾਸ ਇੰਟਰਵਿਊ ਸੀਜ਼ਨ 2 ਸ਼ିକਾਰੀਓ ਜਿੰਨਾ ਲੋਕਾਂ ਨੇ ਤੁਹਾਨੂੰ ਮਿਸ ਕੀਤਾ ਓਦੋਂ ਕਿਤੇ ਵੱਧ ਸੁਰੀਲੀ ਨੇ ਤੁਹਾਨੂੰ ਮਿਸ ਕੀਤਾ ਜੀ ਥੈਂਕ ਯੂ ਤੇ ਅੱਜ ਫਿਰ ਸਵਾਲਾਂ ਜਵਾਬਾਂ ਵਾਲੀਆਂ ਸਾਰੀਆਂ ਰੀਜਾਂ ਪਗਾਉਣੀਆਂ ਠੀਕ ਹੈ ਜੀ ਠੀਕ ਹੈ ਜੀ ਠੀਕ ਪੁੱਛ ਲੈਣਾ ਜੀ ਆਸ਼ੀਸ਼ ਜੀ ਹਾਂਜੀ ਪਹਿਲਾਂ ਤੁਸੀਂ ਪੁੱਛੋਗੇ ਸਵਾਲ ਗਿਲ ਸਾਹਿਬ ਨੂੰ ਲਓ ਜੀ ਲਓ ਜੀ ਗਿਲ ਸਾਹਿਬ ਜੀ ਸਵਾਲ ਨੰਬਰ 1 ਜੀ ਪਹਿਲਾਂ ਦੇਖੋ ਜੀ ਆਪ ਜਿਹੜੀ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜਿਹੜੀ ਸਾਡੀ ਸਕ੍ਰਿਪਟ ਹੈ ਜੀ ਸ਼ਿਕਾਰੀ ਦੀ ਇਹਦੇ ਕਰਕੇ ਇੰਨਾ ਲੋਕ ਪਸੰਦ ਕਰ ਰਹੇ ਆ ਜੀ ਜੀ ਤੇ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਜੇ ਪ੍ਰਿੰਸ ਆਪਣੇ ਹੈਗੇ ਨੇ ਪ੍ਰਿੰਸ ਕਮਲਜੀਤ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਿੱਦਾਂ ਹੋਈ ਕਿੱਦਾਂ ਤੁਸੀਂ ਉਹਨੂੰ ਸ਼ਿਕਾਰੀ ਲਈ ਹਾਂ ਕਹਤੀ ਕਿਉਂਕਿ ਤੁਸੀਂ ਤਾਂ ਬੜੇ ਚੂਜ਼ੀ ਹੋ ਚੂਜ਼ੀ ਤਾਂ ਹਾਂ ਦੇ ਤੋ ਕੋਈ ਸ਼ੱਕ ਨਹੀਂ ਪ੍ਰਿੰਸ ਕਮਲਜੀਤ ਲਿਖਦੇ ਹੀ ਇੰਨਾ ਅੱਛਾ ਹੈ ਉਹ ਚੂਜ਼ ਕਰਨ ਵਾਸਤੇ ਕੋਈ ਫਿਰ ਕੋਈ ਗੱਲ ਹੀ ਨਹੀਂ ਰਹਿੰਦੀ ਬੰਦੇ ਨੂੰ ਉਹੀ ਪਸੰਦ ਆ ਜਾਂਦਾ ਜੋ ਉਹਨਾਂ ਦੇ ਲਿਖਿਆ ਹੁੰਦਾ ਤੇ ਇਤਫਾਕ ਦੀ ਗੱਲ ਇਹ ਹੈ ਕਿ ਜਦ ਵੀ ਅਸੀਂ ਇਕੱਠਿਆਂ ਕੰਮ ਕੀਤਾ ਉਹ ਤਕਰੀਬਨ ਸਾਰਿਆਂ ਨੂੰ ਅੱਛਾ ਲੱਗਿਆ ਪਹਿਲੀ ਫਿਲਮ ਅਸੀਂ ਕੀਤੀ ਸੀ ਜੱਟ ਬॉयਜ਼ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਹਾਂਜੀ ਔਰ ਬਹੁਤ ਹੀ ਵਧੀਆ ਕਿਰਦਾਰ ਉਹਨਾਂ ਨੇ ਲਿਖਿਆ ਔਰ ਉਹਦੇ ਚ ਖਾਸ ਤੌਰ ਤੇ ਜਿਹੜਾ ਮੇਰਾ ਤਕੀਆ ਕਲਾਮ ਸੀ ਉਹ ਮਿੱਠਿਆ ਹੂੰ ਉਹ ਲੋਗਾਂ ਨੂੰ ਬਹੁਤ ਅੱਛਾ ਲੱਗਿਆ ਉਸ ਵੇਲੇ ਸਾਡੀ ਮੁਲਾਕਾਤ ਹੋਈ ਸੀ ਪਰ ਮੈਨੂੰ ਇੱਕ ਗੱਲ ਹੋਰ ਦੱਸੋ ਤੁਸੀਂ ਕਿ ਜਿੱਦਾਂ ਦੀ ਤੁਹਾਡੀ ਇਮੇਜ ਬਣੀ ਹੋਈ ਹੈ ਹੂੰ ਠੀਕ ਹੈ ਉਹ ਕੋੜੇ ਕੋੜੇ ਵਾਲੀ ਤੇ ਬਾਕੀ ਸਾਰਾ ਹਫ਼ਤਾ ਆ ਜਿਹੜੀ ਹਾਸੇ ਖੇਡਣ ਵਾਲਾ ਕੈਰੇਕਟਰ ਹੈ ਜੀ ਇਹ ਮੇਰੇ ਕਹਤੋ ਜੀ ਪਹਿਲੇ ਵਾਰੀ ਇਦਾਂ ਦਾ ਕੀਤਾ ਇਦ ਕੀ ਵਜ੍ਹਾ ਸੀ ਕਿ ਤੁਹਾਡੇ ਕਿਦਾਂ ਨਿਕਲਿਆ ਆ ਚਾਨਦ ਉਹ ਇਮੇਜ ਤਾਂ ਜਿਸ ਤਰ੍ਹਾਂ ਤੁਸੀਂ ਸਟਾਰਟਿੰਗ ਤੋਂ ਸ਼ੁਰੂਆਤ ਦੇ ਦੌਰ ਤੋਂ ਕਰਨ ਲੱਗ ਜਾਂਦੇ ਤੁਹਾਡੀ ਇਮੇਜ ਬਣ ਜਾਂਦੀ ਹੈ ਲੇਕਿਨ ਜਿਹੜਾ ਹਾਸਾ ਖੇਡਾ ਹੈ ਇਹ ਤਾਂ ਹਰ ਪੰਜਾਬੀ ਦੇ ਵਿੱਚ ਹੁੰਦਾ ਪਰ ਨਿਕਲਿਆਣੇ ਕਿ ਬਾਹਰ ਅਜ ਤੱਕ ਉਹ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ ਇਹਦੇ ਵਿੱਚ ਮੌਕਾ ਮਿਲ ਗਿਆ ਬਸ ਆਈਏ ਅੱਛਾ ਇੱਕ ਸਵਾਲ ਹੋਰ ਦੱਸੋ ਜੀ ਕਿਉਂਕਿ ਇਦਾਂ ਦਾ ਸ਼ੌਕ ਤੁਹਾਡਾ ਜੇ ਤੁ ਤੁਸੀਂ ਇਨਸਪਾਇਰ ਹੋਏ ਹੋ ਬਚਪਨ ਤੋਂ ਖੇਡ ਦੇ ਖੇਲਦੇ ਆ ਰਹੇ ਹੋ ਉਹ ਤੁਹਾਨੂੰ ਪਗਾਉਣਾ ਪਵੇ ਉਦਾਂ ਦਾ ਇਦਾਂ ਦਾ ਕਿਹੜਾ ਸ਼ੌਕ ਹੈ ਜਿਹੜੀ ਤੁਸੀਂ ਆਪਣੀ ਅਸਲੀ ਜ਼ਿੰਦਗੀ ਦੇ ਵਿੱਚ ਵੀ ਉਹਨੂੰ ਚਾਹੁੰਦੇ ਆ ਕਿ ਯਾਰ ਇਹ ਹੋਣਾ ਚਾਹੀਦਾ ਆ ਹੋਰ ਤਾਂ ਕੋਈ ਐਸੀ ਚੀਜ਼ ਨਹੀਂ ਮੈਂ ਇੱਕ ਘੋੜਸਵਾਰੀ ਨੂੰ ਹੀ ਕਹਿ ਸਕਦਾ ਕਿ ਉਹ ਸ਼ੁਰੂ ਜੀ ਮਤਲਬ ਸ਼ੌਕ ਚ ਸ਼ਾਮਿਲ ਸੀ ਪਰ ਤੁਸੀਂ ਤਾਂ ਬੜੇ ਘੋੜੇ ਘੋੜੇ ਰੱਖੇ ਪਹਿਲਾਂ ਹਮੇਸ਼ਾ ਤੁਸੀਂ ਹਾਂਜੀ ਚੱਲਦਾ ਰਿਹਾ ਹੋਰ ਤੁਸੀਂ ਇਹ ਵੀ ਪੁੱਛਿਆ ਨਾ ਕਿ ਇਹ ਗਾਂ ਨੂੰ ਵੀ ਚੱਲਦਾ ਰੱਖਣਾ ਪਰ ਮੈਨੂੰ ਉਹੀ ਲੱਗਦਾ ਕਿ ਸ਼ੌਕ ਤੁਸੀਂ ਰੱਖਿਆ ਅਜੇ ਤੱਕ ਹਾਂਜੀ ਹਾਂ ਕੋੜਿਆਂ ਦਾ ਸ਼ੌਕ ਹੈਗਾ ਜਾਂ ਕੁਤਿਆਂ ਦਾ ਇਹ ਰੱਖਣਾ ਹੈ ਹਮੇਸ਼ਾ ਰੱਖਣਾ ਹੈ ਇਹ ਰੱਖਣਾ ਹੈ ਸੰਭਾਲ ਕੇ ਤੇ ਬੰਦੂਕਾਂ ਵਾਲਾ ਇਹਦੇ ਪੰਜ-ਪੰਜ ਬੰਦੂਕਾਂ ਆ ਉਹ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੈ ਤਾਂ ਉਹ ਵੀ ਮਤਲਬ ਖਤਰਨਾਕ ਖਤਰਨਾਕ ਸ਼ੌਕ ਸਾਰੇ ਰੱਖੇ ਹੋਏ ਪਾ ਜੀ ਜੀ ਇਹ ਕੁੜੀਆਂ ਵੱਲੋਂ ਸਵਾਲ ਹੈ ਜੀ ਜੀ ਦਿਓਗੇ ਨਾ ਸਵਾਲ ਹਾਂ ਕਿਉਂ ਨਹੀਂ ਉਹ ਇਹੀ ਜਾਨਣਾ ਚਾਹੁੰਦੇ ਹੈ ਕਿ ਇੰਨਾ ਵੀ ਕੀ ਚੱਕਰ ਹੈ ਤੁਸੀਂ ਇੰਨਾ ਵਧੀਆ ਆਪਣੀ ਸਕਿਨ ਮੇਨਟੇਨ ਕੀਤੀ ਬਾਡੀ ਮੇਨਟੇਨ ਕੀਤੀ ਕੋਈ ਖਾਸ ਕਰੀਮ ਪਾਊਡਰ ਕੀ ਲਾਉਨੇ ਕੀ ਹੋ ਲਾਉਣ ਵਾਲੀ ਗੱਲ ਤਾਂ ਇਹ ਤਾਂ ਕਦੇ ਵੀ ਨਹੀਂ ਸੋਚੀ ਨਾ ਲਾਇਆ ਕਦੇ ਕੁਝ ਲੇਕਿਨ ਮੈਂ ਤਾਂ ਇਹੀ ਸਮਝਦਾ ਕਿ ਸਾਰੇ ਪੈਣਾ ਪ੍ਰਾਵਾਂ ਦਾ ਸਾਡੇ ਫਿਲਮਾਂ ਵੇਖਣ ਵਾਲਿਆਂ ਦਾ ਜਿਹੜਾ ਪਿਆਰ ਹੈ ਉਹਨਾਂ ਦੀ ਮੁਹੱਬਤ ਹੈ ਜਿਹੜੀ ਉਹਨਾਂ ਕਰਕੇ ਨੂਰ ਆਇਆ ਰਹਿੰਦਾ ਉਹਦੇ ਨਾਲ ਨੂਰ ਆ ਜਾਂਦਾ ਹੈ ਉਹ ਕਹਿੰਦੇ ਹੁੰਦੇ ਨਾ ਹੁਸਨ ਕੀ ਬਾਤ ਨਹੀਂ ਨਜ਼ਰ-ਨਜ਼ਰ ਕੀ ਬਾਤ ਹੈ ਮੈਂ ਬੁੱਬ ਜਿਸका भी हो कोई बेमिसाल होता है आहा ਨਵਾਂ ਰੂਪ ਤਾਂ ਲੱਗਿਆ ਤੁਹਾਡਾ ਮੇਰਾ ਉਹ ਐ ਨਾ ਵੀ ਜਿਹੜਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਮਹਿਬੂਬ ਹੋ ਗਿਆ ਤਾਂ ਉਹ ਤੁਹਾਨੂੰ ਚੰਗਾ ਹੀ ਲੱਗਦਾ ਹੈ ਭਾਵੇਂ ਦੀ ਕਿਸੇ ਤਰ੍ਹਾਂ ਦਾ ਹੀ ਹੋਵੇ ਤੁਹਾਡਾ ਕਹਿਣ ਦਾ ਮਤਲਬ ਇਹ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਆ ਹਾਂ ਜੀ ਹੁਸਨ ਦੀ ਗੱਲ ਨਹੀਂ ਹੁੰਦੀ ਮੁਹੱਬਤ ਦੀ ਗੱਲ ਹੁੰਦੀ ਹੈ ਜਿਹੜੀ ਉਹਨਾਂ ਦੀਆਂ ਨਜ਼ਰਾਂ ਚ ਤੁਹਾਡੇ ਚਿਹਰੇ ਤੇ ਚੱਲਦੀ ਹੈ ਜੀ ਚਲੋ ਇੱਕ ਗੱਲ ਮੈਂ ਤੁਹਾਡੇ ਪ੍ਰੋਫੈਸ਼ਨ ਬਾਰੇ ਪੁੱਛਦਾ ਜੀ ਮੈਂ ਤਾਂ ਮੈਨੂੰ ਪਤਾ ਹੈ ਸ਼ੁਰੂ-ਸ਼ੁਰੂ ਚ ਤੁਸੀਂ ਸ਼ੌਕੀਆ ਕੰਮ ਸ਼ੁਰੂ ਕੀਤਾ ਸੀ ਜੀ ਜੀ ਪਰ ਉਸ ਤੋਂ ਇਲਾਵਾ ਜਦੋਂ ਤੁਹਾਨੂੰ ਪਹਿਲੀ ਵਾਰੀ ਪੇਮੈਂਟ ਮਿਲੀ ਹਮ ਹਮ ਫਿਲਮ ਦੀ ਕਮਾਈ ਲੱਗਿਆ ਆਪਣੀ ਹੈ ਕਿ ਆਬ ਚੰਗੇ ਜਿਹੇ ਪੈਸੇ ਬੂਏ ਮਿਲ ਗਏ ਹਮ ਤੇ ਉਹ ਤੁਸੀਂ ਪੇਮੈਂਟ ਕਿੱਦਾਂ ਫਿਰ ਉਹਨੂੰ ਇੰਜੋਏ ਕੀਤਾ ਪੇਮੈਂਟ ਨੂੰ ਕਿ ਯਾਰ ਆਪਾਂ ਆ ਸ਼ੌਕ ਪੂਰਾ ਕਰਨਾ ਹੈ ਜਾਂ ਇੱਧਰ ਖਰਚਾ ਕਰਨਾ ਹੈ ਜਾਂ ਕੱਪੜੇ ਲੈਣੇ ਆ ਕਿੱਦਾਂ ਮਤਲਬ ਸਰ ਜਦ ਸ਼ੁਰੂ ਕੀਤਾ ਸੀ ਉਦੋਂ ਕਿਹੜੀਆਂ ਪੇਮੈਂਟਾਂ ਮਿਲੀਆਂ ਹੋਣੀਆਂ ਤੁਸੀਂ ਆਪ ਸੋਚੋ ਪਹਿਲੀ ਫਿਲਮ ਚ ਤਾਂ ਕੋਈ ਖਾਸ ਪੇਮੈਂਟ ਵਾਲ ਗੱਲ ਹੈ ਨਹੀਂ ਸੀ ਔਰ ਨਿਊ ਬੰਮਰ ਨੂੰ ਪੈਸੇ ਮਿਲ ਸਕਦੇ ਲੇਕਿਨ ਜੱਟ ਤੇ ਜ਼ਮੀਨ ਮੈਂ ਫਿਲਮ ਕੀਤੀ ਸੀ ਮੇਰੇ ਖਿਆਲ ਚ ਪਹਿਲੀ ਉਹ ਨਹੀਂ ਕਹਿ ਸਕਦੇ ਹਾਂ ਪਹਿਲੀ ਤਾਂ ਮੇਰੇ ਘਰੂ ਪੰਜਾਬ ਦਾ ਉਹ ਸਾਡੇ ਘਰ ਦੇ ਬੰਦਿਆਂ ਨੇ ਬਣਾਈ ਸੀ ਤੇ ਬਾਹਰ ਦੀ ਪਹਿਲੀ ਜਿਹਦੇ ਚ ਵਰਿੰਦਰ ਜੀ ਡਾਇਰੈਕਟਰ ਸੀ ਜੱਟ ਤੇ ਜ਼ਮੀਨ ਉਹ ਤਾਂ ਪੈ ਮਿਲੇ ਉਹਦੇ ਚ 5000 ਮਿਲਿਆ ਸੀ ਤੇ ਲੁਧਿਆਣੇ ਸ਼ੂਟਿੰਗ ਸੀ ਉਹ 5000 ਅੱਜ ਦੇ ਹਿਸਾਬ ਨਾਲ 5 ਲੱਖ ਦੇ ਹਾਂਜੀ ਲੁਧਿਆਣੇ ਸ਼ੂਟਿੰਗ ਸੀ ਤੇ ਲੁਧਿਆਣੇ ਮੈਨੂੰ ਯਾਦ ਹੈ ਵੀ ਮੈਂ ਇੱਕ ਸਵੈਟਰ ਲਈ ਸੀ ਕਿਹੜੇ ਰੰਗ ਦੀ ਇਹ ਉਹ ਸੀਗੀ ਗ੍ਰੇਜ ਰੰਗ ਦੀ ਦੇਖਿਆ ਪਹਿਲੀ ਕਮਾਈ ਦਾ ਯਾਦ ਰਹਿਣਾ ਸੀ ਜਾਂ ਕੋਈ ਇਸ ਤਰ੍ਹਾਂ ਕਿਉਂਕਿ 5000 ਚ ਆ ਗਈ ਇਸ ਦੋ ਤਿੰਨ ਚੀਜ਼ਾਂ ਇੱਕ ਨਹੀਂ ਤਾਂ ਅੱਜ ਦਾ 5100 ਚ ਇੱਕ ਸਵੈਟਰ ਮਸਾਂ ਮੇਰੇ ਖਿਲਜ ਪਤਾ ਨਹੀਂ ਆਉਂਦੀ ਵੀ ਹੈ ਕਿ ਨਹੀਂ ਆਉਂਦੀ ਨਹੀਂ ਤੇ ਉਸ ਵੇਲੇ ਇੱਕ ਸਵੈਟਰ ਆ ਗਈ ਸੀ ਉੱਥੇ ਕਿਉਂਕਿ ਉੱਥੇ ਹੌਜ਼ਰੀ ਦਾ ਕੰਮ ਚੰਗਾ ਹੈ ਹਾਂਜੀ ਹਾਂਜੀ ਲੁਧਿਆਣੇ ਫਿਰ ਕੋਈ ਸ਼ਾਇਦ ਦੋ ਕੁ ਕਮੀਜ਼ਾਂ ਵੀ ਲੈਂਗੀਆਂ ਹੋਣਗੀਆਂ ਇਸ ਤਰ੍ਹਾਂ ਕਰਕੇ ਮੈਂ ਸ਼ੌਕ ਲਾ ਕੀਆ ਸ਼ੌਕ ਪੂਰੇ ਕਰਨ ਦਾ ਹਾਂ ਹਾਂ ਚਲੋ ਠੀਕ ਹੈ ਅੱਛਾ ਵੈਸੇ ਇੱਕ ਗੱਲ ਹੈ ਮੈਂ ਸੁਣਿਆ ਕਿ ਤੁਸੀਂ ਝੂਠ ਕੱਟ ਦੀ 88 ਦੀ ਗੱਲ ਹੈ ਇਹ ਕਿਹੜੀ ਦੀ 88 88 ਦੀ ਹਾਂ ਉਹ ਮੈਨੇ ਬਲੋ ਮੈਂ ਇੱਕ ਆਖਰੀ ਸਵਾਲ ਤੁਹਾਡਾ ਪੁੱਦਾ ਜੀ ਬੱਸ ਇਹਦਾ ਫੈਨ ਉਹ ਲੋਕ ਸਾਰੇ ਚਾਹੁੰਦੇ ਕਿ ਤੁਸੀਂ ਹਮੇਸ਼ਾ ਸਾਡਾ ਐਂਟਰਟੇਨਮੈਂਟ ਕਰੋ ਜਿੱਦਾਂ ਵੀ ਹੈ ਜੀ ਕੋਈ ਇਦਾਂ ਦੀ ਖਾਸ ਵਜ੍ਹਾ ਜਿਹਦੇ ਨਾਲ ਤੁਸੀਂ ਸੋਚੋਗੇ ਕਿ ਯਾਰ ਮੈਂ ਐਂਟਰਟੇਨਮੈਂਟ ਤਾਂ ਕਰਾਂ ਤੇ ਉਹਦੇ ਨਾਲ ਮੈਨੂੰ ਯਾਦ ਵੀ ਰੱਖਿਆ ਜਾਵੇ ਹੂੰ ਹੂੰ ਤਾਂ ਜ਼ਿੰਦਗੀ ਹੂੰ ਹੂੰ ਇਦਾਂ ਦੀ ਕਿਹੜੀ ਚੀਜ਼ ਜਿਹੜੀ ਤੁਸੀਂ ਕਰਦੇ ਹੋ ਐਕਟਰ ਹੋਣ ਦੇ ਨਾਤੇ ਮੇਰੇ ਖਿਆਲ ਚ ਹਰ ਐਕਟਰ ਦੀ ਖਾਹਿਸ਼ ਹੁੰਦੀ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਐਸੇ ਕਿਰਦਾਰ ਕਰੇ ਜਿਹੜਾ ਲੋਕ ਯਾਦ ਰੱਖਣ ਹੂੰ ਪਰ ਉਹ ਕਿਹੜੇ ਕਿਰਦਾਰ ਹੈ ਇਹ ਵੀ ਇੱਕ ਚੁਆਇਸ ਹੁੰਦੀ ਹੈ ਜਿਸ ਤਰ੍ਹਾਂ ਮੇਰੇ ਲਈ ਇਹ ਵੀ ਕਿ ਜਿਹੜੇ ਆਪਣੇ ਅਸਲੀ ਹੀਰੋਜ਼ ਨੇ ਜਿਸ ਤਰ੍ਹਾਂ ਮੈਂ ਹਮੇਸ਼ਾ ਇੰਟਰਵਿਊ ਦੇ ਵਿੱਚ ਕਹਿੰਦਾ ਰਿਹਾ ਨਾ ਉਹਨਾਂ ਦੇ ਨਾਂ ਸਰਦਾਰ ਹਰੀ ਸਿੰਘ ਨਲੂਆ ਜੀ ਹੋਗੇ ਵਾਹ ਕਹਿੰਦਾ ਜਾਂ ਆਪਣੇ ਹੋਰ ਹਿਸਟਰੀ ਦੇ ਹੀਰੋਜ਼ ਹੈਗੇ ਹੈ ਜੇ ਉਹਨਾਂ ਤੇ ਤਾਂ ਬਹੁਤ ਬਣ ਵੀ ਚੁੱਕੀਆਂ ਸਰਦਾਰ ਭਗਤ ਸਿੰਘ ਹੋਰੀ ਹੋਗੇ ਹਨਾ ਜਾਂ ਤੁਸੀਂ ਚੰਦਰਸ਼ੇਖਰ ਆਜ਼ਾਦ ਦਾ ਨਾਂ ਲੈ ਸਕਦੇ ਹੋ ਸਾਰੇ ਉਸਾਰੇ ਨੇ ਜਿਸ ਤਰ੍ਹਾਂ ਉਸ ਲੈਵਲ ਦੀ ਗੱਲਬਾਤ ਹੋਵੇ ਕਦੇ ਉਹ ਹੀਰੋਇਸਮ ਦੇਖਣਾ ਚਾਹੀਦਾ ਨਹੀਂ ਔਰ ਤੁਸੀਂ ਉਸ ਬਹਾਨੇ ਆਪਣੇ ਹੀਰੋਜ਼ ਦੀ ਕਹਾਣੀ ਤੇ ਕੰਮ ਕਰੋ ਔਰ ਇੱਕ ਫਖਰ ਮਹਿਸੂਸ ਨਹੀਂ ਹੁੰਦਾ ਉਹ ਗੱਲ ਹੈ ਤੇ ਅੱਜ ਇਸ ਮਕਾਮ ਤੇ ਪਹੁੰਚ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਕਿਉਂਕਿ ਤੁਸੀਂ ਦੱਸਿਆ ਸੀਗਾ ਕਿ ਪਹਿਲੀ ਫਿਲਮ ਕਰਨ ਤੋਂ ਬਾਅਦ ਤੁਸੀਂ ਬੜੇ-ਬੜੇ ਐਕਟਰਾਂ ਨੂੰ ਮਿਲ ਕੇ ਆਏ ਜੀ ਉਹਨਾਂ ਨਾਲ ਬੈਠੇ ਚਾਹ ਪੀਤੀ ਉਹਨਾਂ ਦੇ ਮੇਕਅਪ ਰੂਮ 'ਚ ਗਏ ਇਧਰ ਗਏ ਅੱਜ ਤੁਸੀਂ ਉਸ ਮਕਾਮ ਤੇ ਪਹੁੰਚ ਗਏ ਜੀ ਇਹਨੂੰ ਤੁਸੀਂ ਕਿ ਕਿੱਦਾਂ ਦੇਖਦੇ ਹੋ ਬਹੁਤ ਚੰਗਾ ਲੱਗਦਾ ਜੀ ਔਰ ਸ਼ੁਕਰ ਕਰੀਦਾ ਰੱਬ ਦਾ ਕਿ ਉਹਨੇ ਬਹੁਤ ਕੁਝ ਬਖਸ਼ਤਾ ਜਿਹੜੀ ਲਾਈਨ ਕਦੇ ਸੋਚੀ ਨਹੀਂ ਸੀ ਫਿਲਮ ਲਾਈਨ ਹਮ ਕਦੇ ਕੋਈ ਨਾ ਕਿਸੇ ਰਿਸ਼ਤੇਦਾਰ ਨੇ ਇੱਧਰ ਕਦੇ ਸੋਚਿਆ ਨਾ ਕਦੇ ਕੰਮ ਕੀਤਾ ਨਾ ਕੋਈ ਫੈਮਿਲੀ ਚੋ ਸੀ ਔਰ ਮਾਲਕ ਨੇ ਹਾਲਾਤ ਬਣਾਏ ਔਰ ਇਸ ਪਾਸੇ ਕਾਮਯਾਬੀ ਬਖਸ਼ੀ ਤਾਂ ਬੜਾ ਚੰਗਾ ਲੱਗਦਾ ਮਤਲਬ ਅਰੇ ਸ਼ੁਕਰਾਨਾ ਕਰਦੇ ਆ ਅੱਜ ਇਹ ਬੁਲਗੀਆਂ ਮਤਲਬ ਖੁਦ ਮਹਿਸੂਸ ਕਰਕੇ ਸਾਡੀ ਆਡੀਅנס ਦਾ ਔਰ ਰੱਬ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਆ ਉਹ ਤਾਂ ਬਹੁਤ ਜ਼ਰੂਰੀ ਹੈ ਜੀ ਚਲੋ ਜੀ ਮੇਰੇ ਅੱਜ ਦੇ ਸਵਾਲ ਸਹੀ ਕੇ ਖਤਮ ਹੁਣ ਹਾਂ ਹੈਨਾ ਤੇ ਮੈਂ ਦੁਆ ਕਰਦਾ ਕਿ ਮੈਂ ਕਰਾਂ ਫਿਰ ਗੱਲ ਤੁਹਾਡੇ ਨਾਲ ਤੁਸੀਂ ਕੁਝ ਵੀ ਪੁੱਛਣਾ ਹੈ ਮੈਂ ਕਿਹਾ ਮੈਂ ਸਾਰੇ ਆਡੀਅਸ ਬੰਨੋਂ ਸਾਰਿਆਂ ਵੱਲੋਂ ਇਹ ਦੁਆ ਕਰਦੇ ਆਂ ਕਿ ਤੁਸੀਂ ਇਦਾਂ ਹੀ ਹੱਸਦੇ ਰਹੋ ਕੁਸ਼ ਰੋ ਤਰੱਕੀਆਂ ਮਾਨਦੇ ਰੋ ਜੀ ਤੇ ਸਾਡਾ ਇਦਾਂ ਹੀ ਸ਼ਿਕਾਰੀ ਵਾਂਗੂ ਮਤਲਬ ਸ਼ਿਕਾਰੀ ਵਾਂਗੂ ਸਟਾਈਲ ਵਾਂਗੂ ਐਂਟਰਟੇਨਮੈਂਟ ਕਰਦੇ ਰੋ ਜੀ 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 ਜ ਉਸ ਨੂੰ ਅਪਣਾਉਣਾ ਚਾਹੋਗੇ ਮੈਂ ਤਾਂ ਬੇਸਿਕਲੀ ਅਪnai ਹੋਈ ਹੈ ਜੀ ਹਾਂ ਜੀ ਉਹ ਜਦੋਂ ਮੈਨੂੰ ਯਾਦ ਆਉ ਜਦੋਂ ਚੈੱਕ ਬਾਈ ਮਾਗਦਾ ਉਹਦੇ ਕੰਨ ਤੇ ਥੱਪੜ ਮਾਰਦਾ ਇਹ ਦੇਖ ਕੋਈ ਬੰਦਾ ਹੀ ਟੀਟ ਕਰਦਾ ਹੈ ਜਾਂ ਗਲਤ ਹੈ ਤੇ ਉਹਨੂੰ ਸਬਕ ਸਿਖਾ ਦਿਓ ਠੀਕ ਹੈ ਉਹਦੇ ਕੰਨ ਸੇਕ ਦਿਓ ਕੰਨ ਸੇਕ ਦਿਓ ਜਾਂ ਉਹ ਪਿਆ ਜੋ ਫੜ ਗਿਆ ਇਦਰਾ ਕਾਕਾ ਇਦਾਂ ਨਹੀਂ ਐ ਕਰੀਦਾ ਜੀ ਚਲੋ ਜੀ ਅਗਲਾ ਸਵਾਲ ਪੁੱਛਾਂ ਫਿਰ ਪੁੱਛੋ ਮੁੱਛ ਬਜੀ ਹਰ ਉਮਰ ਦਾ ਇੱਕ ਸ਼ੌਕ ਹੁੰਦਾ ਹੈ ਹਾਂ ਜੀ ਬਚਪਨ ਦਾ ਜਵਾਨੀ ਦਾ ਜਾਂ ਜਿਹੜੀ ਜਵਾਨੀ ਦੇ ਵਿੱਚ ਆਪਾਂ ਹੁਣ ਲੰਘ ਰਹੇ ਹਾਂ ਇਸ ਜਵਾਨੀ ਦਾ ਵੀ ਠੀਕ ਹੈ ਜੀ ਤੇ ਕਿਹੜੇ-ਕਿਹੜੇ ਤੁਸੀਂ ਸਮਝਦੇ ਹੋ ਵੀ ਤੁਹਾਡੇ ਸ਼ੌਕ ਬਦਲ ਚੁੱਕੇ ਉਹ ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਹੈ ਜੀ ਜਿਵੇਂ ਕਹਿੰਦੇ ਨੇ ਹਰ ਬੰਦੇ ਦੇ ਅੰਦਰ ਇੱਕ ਬੱਚਾ ਹੁੰਦਾ ਹੈ ਕਿ ਆਪਣੇ ਉਹ ਸ਼ੌਕ ਉਦਾਂ ਰੱਖੇ ਰੱਖੇ ਜਾਣ ਪਰ ਕੁਝ ਚੀਜ਼ਾਂ ਚੇਂਜ ਹੋ ਗਈਆਂ ਜਿਵੇਂ ਕਹਿੰਦੇ ਵਕਤ ਦੇ ਨਾਲ ਚੇਂਜ ਹੁੰਦੀਆਂ ਪਰ ਹੈ ਤਾਂ ਅੱਜ ਜਵਾਨੀ ਹੈ ਉਹਦਾ ਜਵਾਨੀ ਹਾਂਜੀ ਪਰ ਉਹ ਸ਼ਰਾਰਤਾਂ ਕਰਨੀਆਂ ਥੋੜੀਆਂ ਜਿਹੀ ਬੰਦ ਕਰਕੇ ਸਮਝਦਾਰੀ ਆ ਜਾਂਦੀ ਹੈ ਨਾ ਹਾਸੇ-ਕੇਡੇ ਕਰੀਦੀਆਂ ਲੇਕਿਨ ਡੀਸੈਂਟ ਤਰੀਕੇ ਦੇ ਨਾਲ ਉਹ ਚੀਜ਼ਾਂ ਥੋੜੀਆਂ ਜਿਹੀ ਹੁਣ ਕਹਿੰਦੇ ਨਾ ਕਿ ਸੋਚ ਸਮਝ ਕੇ ਪਹਿਲਾਂ ਥੋੜੀ ਜੀ ਬੇਫਿਕਰੀ ਹੁੰਦੀ ਸੀ ਜੀ ਜੀ ਔਰ ਜਦ ਜਦ ਬੱਚਾ ਹੁੰਦਾ ਬੰਦਾ ਇੱਕ ਗੱਲਾਂ 'ਚ ਗੱਲ ਯਾਦ ਆ ਗਈ ਕਈ ਗੱਲਾਂ ਤੁਹਾਨੂੰ ਖਿਆਲ ਆ ਜਾਂਦਾ ਹੈ ਅਸੀਂ ਜਦ ਛੋਟੀ ਉਮਰ ਸੀ ਤਾਂ ਕਈ ਦਫਾ ਨਾ ਜਿਵੇਂ ਬੱਚੇ ਆਪਣੇ ਸਕੂਲ ਕੋਲਜ ਦੇ ਵਿੱਚ ਕਈ ਵਾਰੀ ਲੜਾਈਆਂ ਪੜਾਈਆਂ ਕਰਤੀ ਹੈ ਤਾਂ ਉਹ ਮੇਰੇ ਇੱਕ ਵੱਡੇ ਨੇ ਕਿਸੇ ਨੇ ਮੈਨੂੰ ਇੱਕ ਕੰਮ ਦੀ ਗੱਲ ਸਮਝਾਈ ਸੀ ਉਹ ਕਹਿੰਦੇ ਵੀ ਇਹ ਤੇਰੀ ਉਮਰ ਇਸ ਤਰ੍ਹਾਂ ਦੀ ਹੈ ਕਦੇ ਵੀ ਇਹ ਨਾ ਸੋਚੀ ਵੀ ਜੇ ਵੀ ਜੋ ਤੂੰ ਕਰ ਰਿਹਾ ਤਾਂ ਜੋ ਤੁਸੀਂ ਕੋਈ ਲੜਾਈ ਕਰ ਰਹੇ ਹੋ ਜਾਂ ਕੁਝ ਲੰਬਾ ਲੈ ਰਹੇ ਹੋ ਕਿਸੇ ਤੋਂ ਉਹ ਤੁਹਾਨੂੰ ਨਹੀਂ ਤੁਹਾਡੇ ਮਾਪੇ ਦਾ ਨਾਂ ਜੁੜਿਆ ਹੁੰਦਾ ਹਾਂ ਹਾਂ ਨਹੀਂ ਪਤਾ ਨਹੀਂ ਜਾਂ ਤੁਹਾਨੂੰ ਗੱਲ ਕਰੇਗਾ ਤਾਂ ਉਹਨੇ ਇਹ ਕਹਿਣਾ ਫਲਾਣੇ ਦਾ ਬੇਟਾ ਫਲਾਣੇ ਦਾ ਪੁੱਤ ਜੀ 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 ਤੇ ਇਹ ਇਹ ਚੀਜ਼ ਉਹਨਾਂ ਤੇ ਅਸਰ ਪਾਉਂਦੀ ਹੈ ਤੁਸੀਂ ਕੋਈ ਵੀ ਹਰਕਤ ਕਰੋਗੇ ਤਾਂ ਉਹ ਵੱਡਿਆਂ ਦਾ ਨਾਂ ਵਿੱਚ ਸ਼ਾਮਲ ਹੋ ਜਾਂਦਾ ਹਮੇਸ਼ਾ ਇਹ ਸੋਚ ਕੇ ਚੱਲੋ ਕਿ ਉਹਨਾਂ ਦੇ ਨਾਂ ਨੂੰ ਆਪਾਂ ਵੱਟਾ ਨਹੀਂ ਲੱਗਣ ਦੇਣਾ ਤਾਂ ਇਹ ਚੀਜ਼ਾਂ ਤਾਂ ਉਮਰ ਦੇ ਨਾਲ ਆਪਾਂ ਸੋਚਣ ਲੱਗ ਜਾਂਦੇ ਨੇ ਇਹ ਫਰਕ ਪੈ ਜਾਂਦਾ ਜੇ ਜੋ ਗੱਲ ਤੁਸੀਂ ਕਹਿ ਰਹੇ ਹੋ ਜਦੋਂ ਤੁਸੀਂ ਹੁਣ ਮੈਨੂੰ ਪੁੱਛਿਆ ਨਾ ਪਹਿਲਾ ਸਵਾਲ ਕਿ ਕੀ ਕੀ ਚੀਜ਼ਾਂ ਬਦਲ ਗਈਆਂ ਉਦੋਂ ਆਪਾਂ ਇਹ ਚੀਜ਼ਾਂ ਸੋਚਦੇ ਨੇ ਸੋਚਦੇ ਨਹੀਂ ਬਰਬਾਦ ਚ ਬੰਦਾ ਸੋਚਦਾ ਇਹਦਾ ਅਸਰ ਕਿੱਥੇ ਜਾਣਾ ਇਦਾਂ ਦੀਆਂ ਆਪਾਂ ਹਰਕਤਾਂ ਕੀਤੀਆਂ ਨੇ ਉਦੋਂ ਹੋ ਗਈ ਗਲਤੀ ਚ ਚਲੋ ਜਵਾਨੀ ਚ ਠੀਕ ਹੈ ਜੀ ਅਗਲਾ ਸਵਾਲ ਇਹ ਹੈ ਜੀ ਵੀ ਜੇ ਅਸ਼ਿਸ਼ ਦੁੱਗਲ ਸਾਹਿਬ ਕਿਸੇ ਨਾਲ ਨਾਰਾਜ਼ ਹੋ ਜਾਣ ਜਾਂ ਖੁਸ਼ ਹੋ ਜਾਣ ਤਾਂ ਤੁਹਾਡਾ ਜਜ਼ਬਾਤ ਤੁਸੀਂ ਕਿਸਾ ਤੱਕ ਤੁਹਾਡੀ ਨਰਾਜ਼ਗੀ ਬਹੁਤ ਸਹੀ ਸਵਾਲ ਪੁੱਛਿਆ ਦੇਖੋ ਜੀ ਮੈਂ ਜਲਦੀ ਕੋਸ਼ਿਸ਼ ਕਰਦਾ ਕਿ ਕਿਸੇ ਨਾਲ ਨਰਾਜ਼ ਨਾ ਹੋਵਾਂ ਹੂੰ ਕਿਉਂਕਿ ਹੁਣ ਮੈਂ ਥੋੜਾ ਸਿਆਣਾ ਹੋ ਗਿਆ ਹੂੰ ਤੇ ਪਹਿਲਾਂ ਤੇ ਹੁੰਦਾ ਜੀ ਨਰਾਜ਼ ਹੋ ਕੇ ਤਾਂ ਹੋ ਗਏ ਮਤਲਬ ਤੇ ਖੁਸ਼ ਆਲੇ ਪਾਸੇ ਇਹ ਮਾਮਲਾ ਹੈ बिकॉज़ ਮੈਂ ਆਪਣੇ ਆਪਣੇ ਹਮੇਸ਼ਾ ਕਹਿੰਦਾ ਕਿ ਯੂ ਆਰ ਅ ਇਮੋਸ਼ਨਲ ਫੂਲ ਹੂੰ ਤੇ ਜੇ ਕਿਸੇ ਤੇ ਖੁਸ਼ ਹੋ ਗਏ ਮਿਹਰਬਾਨ ਹੋ ਗਏ ਜਾਂ ਪਿਆਰ ਹੋ ਗਿਆ ਜਿੱਥੇ ਜੀ ਉੱਤੇ ਫਿਰ ਸਭ ਕੁਝ ਆ ਜਾਂਦਾ ਜੀ ਜੀ ਬਿਲਕੁਲ ਮੇਰੇ ਖਿਆਲ ਚ ਐਕਟਰ ਹੁੰਦੇ ਆ ਨਾ ਜਿਹੜੇ ਜ਼ਿਆਦਾ ਜਜ਼ਬਾਤੀ ਹੁੰਦੇ ਆ ਤੇ ਜੇ ਤਾਂ ਉਹ ਮੇਰੇ ਤੇ ਵੀ ਇਹ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਜੇ ਕਈ ਵਾਰੀ ਬੰਦਾ ਖੁਸ਼ ਹੋ ਜੇ ਮੈਂ ਆਪਣੀ ਗੱਲ ਕਰਾਂ ਨਾ ਨੁਕਸਾਨ ਨਹੀਂ ਸੋਚੀਦਾ ਵੀ ਯਾਰ ਇਹਦਾ ਕਿਵੇਂ ਕੋਈ ਸਵਾਰ ਦੀਏ ਕਿਵੇਂ ਫਾਇਦਾ ਹੋ ਜੇ ਇਹਦਾ ਫਾਇਦਾ ਕਰਦਾ ਅੱਛਾ ਜੇ ਨਰਾਜ਼ ਹੋਏ ਤਾਂ ਫਿਰ ਉਹ ਜ਼ਿਆਦਾ ਹੀ ਕਈ ਦਫਾ ਬਾਅਦ ਚ ਸੋਚੀਦਾ ਇੰਨੀ ਨਰਾਜ਼ਗੀ ਵਾਲੀ ਤਾਂ ਗੱਲ ਵੀ ਹੈ ਨਹੀਂ ਸੀ ਜਿੰਨਾ ਮੈਨੂੰ ਗੁੱਸਾ ਆਇਆ ਸੋਚਣਾ ਕੰਮ ਤਾਂ ਉਹ ਸ਼ੁਰੂ ਕੀਤਾ ਤੇ ਰੂਹ ਦੇ ਸੀ ਚਲੋ ਠੀਕ ਹੈ ਜੀ ਮੇਰੇ ਖਿਆਲ ਚ ਐਕਟਰ ਬੰਦੇ ਜਜ਼ਬਾਤੀ ਜ਼ਰੂਰ ਹੁੰਦੇ ਸਾਰੇ ਹੁੰਦੇ ਆ ਹਨਾ ਨਹੀਂ ਜ਼ਰੂਰੀ ਵੀ ਹੈ ਕਿਹੜੀ ਚੀਜ਼ ਦਾ ਤੁਸੀਂ ਸਭ ਤੋਂ ਜ਼ਿਆਦਾ ਪਰਹੇਜ਼ ਕਰਦੇ ਹੋ ਜੀ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਮੈਂ ਚੰਗੇ ਬੰਦੇ ਅਜਿਹਾ ਮੈਂ ਨੈਗੇਟਿਵ ਲੋਕਾਂ ਤੋਂ ਪਰਹੇਜ਼ ਕਰਦਾ ਇਸ ਕਰਕੇ ਮੈਂ ਜ਼ਿਆਦਾ ਲੋਕਅਲ ਮਿਲਦਾ ਨਹੀਂਗਾ ਕਿਉਂਕਿ ਨੇ ਥੋੜੀ ਫਿਰ ਆਪਣੀ ਸੋਚ ਥੋੜਾ ਆਪਣਾ ਹੋਰ ਆ ਵੀ ਨੈਗੇਟਿਵ ਹੋ ਜਾਣਾ ਜੇ ਮੈਨੂੰ ਕਿਤੇ ਕੋਈ ਲੱਗੇ ਕਿ ਯਾਰ ਇਹ ਬੰਦਾ ਥੋੜਾ ਜਿਆਦਾ ਨੈਗੇਟਿਵ ਹੈ ਮੈਨੂੰ ਚਲੋ ਆਪਣੇ ਹਿਸਾਬ ਨਾਲ ਸਹੀ ਹੋਣਾ ਤੇ ਮੈਂ ਇਹਨਾਂ ਚੀਜ਼ਾਂ ਨੂੰ ਪ੍ਰੈਸ ਕਰਦਾ ਕਿ ਆਪਾਂ ਤੁਸੀਂ ਨੈਗੇਟਿਵ ਔਰੇ ਵਾਲੇ ਬੰਦਿਆਂ ਤੋਂ ਥੋੜਾ ਦੂਰ ਇੱਕ ਆਖਰੀ ਸਵਾਲ ਹੋਰ ਹੈ ਦੁੱਗਲ ਸਾਹਿਬ ਕੇ ਤੁਹਾਡੇ ਫਾਦਰ ਸਾਹਿਬ ਦੀ ਐਸੀ ਕਿਹੜੀ ਯਾਦ ਹੈ ਜੋ ਤੁਸੀਂ ਹਮੇਸ਼ਾ ਆਪਣੇ ਜ਼ਿਹਨ ਚ ਰੱਖਦੇ ਹੋ ਆ ਬਹੁਤ ਸੋਹਣਾ ਮੈਂ ਕਿੱਸਾ ਹੀ ਇਹਦੇ ਵਿੱਚ ਦਾਂ ਹੂੰ ਕਿ ਮੈਂ ਮੇਰਾ ਐਕਚੁਅਲੀ ਨੋ ਗੁਰੂ ਬਖਸ਼ੀ ਸੀ ਇੱਕ ਰਾਈਟ ਸ਼ੌਕ ਸੀਗਾ ਐਕਟਿੰਗ ਦਾ ਇਧਰ ਚੱਕਰਾਂ 'ਚ ਪਿਆ ਰਿਆ ਮੈਂ ਹੂੰ ਹੂੰ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਕੀ ਕਰਦਾ ਐ ਕੀ ਨਹੀਂ ਕਰਦਾ ਤੇ ਫਿਰ ਮੈਂ ਬਾਲਬੂਲ ਘਟਾ ਦੇ ਦੋ ਕੁ ਮਹੀਨੇ ਉਹਨਾਂ ਨੇ ਗੱਲ ਗੁੱਲ ਨਹੀਂ ਕੀਤੀ ਮੇਰੇ ਨਾਲ ਜੀ ਤੇ ਉਹ ਦੇਸ਼ ਨਿਕਾਲਣ ਵਾਲੇ ਕੰਮ ਹੋ ਗਿਆ ਸੀ ਹੂੰ ਫਿਰ ਮੈਂ ਕਿਸੇ ਤਰ੍ਹਾਂ ਕੋਸ਼ਿਸ਼ ਕਰਕੇ ਲੁਧਿਆਣੇ ਪੰਜਾਬੀ ਭਵਨ ਜਿੱਥੇ ਮੈਂ ਗਿਆ ਆਪਣੇ ਵੱਡੇ ਭਾਈ ਸਾਹਿਬ ਨੂੰ ਕਿਹਾ ਕਿ ਯਾਰ ਇਹਨਾਂ ਨੂੰ ਮੇਰਾ ਕੰਮ ਦਿਖਾ ਦਿਓ ਯਾਰ ਮੈਨੂੰ ਮੈੜਾ ਕੁਝ ਕਰ ਦੇਮ ਤੇ ਮੈਂ ਫਾਜ਼ਲ ਸਾਹਿਬ ਨੂੰ ਇੱਕ ਪਲੇ ਦਿਖਾਇਆ ਮਿੱਟੀ ਨਾ ਹੋਵੇ ਮਤਰਾਈ ਹੂੰ ਪੰਜਾਬੀ ਭਵਨ 'ਚ ਉਹਨੂੰ ਦੇਖ ਕੇ ਬਹੁਤ ਖੁਸ਼ ਹੋਇਆ ਪਹਿਲਾਂ ਤਾਂ ਮੇਰਾ ਕਾਫੀ ਮਜ਼ਾਕ ਵੀ ਉਹਨਾਂ ਦੇ ਡਾਉਂਦੇ ਰਹੇ ਕਿ ਕਿਸੇ ਨੇ ਆਜੇ ਨਾ ਕਹਿੰਦੇ ਅਸੀਂ ਵੀ ਇੱਕ ਮੋਨਾ ਰੱਖਿਆ ਹੋਇਆ ਫਿਰ ਉਹ ਉਹਨਾਂ ਦਾ ਇਹ ਸੀ ਫਿਰ ਉਹਨਾਂ ਨੂੰ ਲੱਗਿਆ ਕਿ ਨਹੀਂ ਠੀਕ ਹੈ ਮੇਰੇ ਬੰਬੇ ਜਾਨ ਚ ਉਹਨਾਂ ਦਾ ਬਹੁਤ ਵੱਡਾ ਅੱਛਾ ਜੀ ਫਿਰ ਉਹਨਾਂ ਨੇ ਕਿਹਾ ਕਿ ਪਜਾ ਪੁੱਤ ਤੂੰ ਆਪਣੇ ਸ਼ੌਕ ਪੂਰੇ ਕਰ ਹੂੰ ਜਾ ਜੋ ਤੂੰ ਕਰਨਾ ਕਰ ਤੈਨੂੰ ਇਹ ਨਾ ਲੱਗੇ ਕਿ ਮੈਂ ਜ਼ਿੰਦਗੀ ਚ ਆ ਕਰਨਾ ਚਾਹੁੰਦਾ ਸੀ ਜੇ ਮੈਂ ਕਰ ਨਹੀਂ ਪਾਇਆ ਤੇ ਉਹਨਾਂ ਨੇ ਫਿਰ ਉਹਨਾਂ ਦੇ ਕਹਿਣ ਤੋਂ ਬਾਅਦ ਫਿਰ ਮੈਂ ਇਸ ਰਾਤੇ ਆ ਗਿਆ ਹੁਣ ਸਰੀਲੀ ਬੋਲੂਗੀ ਕੁਝ ਦੇਸੀ ਮੁਹਾਵਰੇ ਤੇ ਪਹਿਲਾਂ ਤਾਂ ਤੁਸੀਂ ਉਹਨਾਂ ਮੁਹਾਵਰਿਆਂ ਦਾ ਮਤਲਬ ਦੱਸਣਾ ਕਿ ਉਹ ਕਿਹੜੀ ਸਿਚੁਏਸ਼ਨ 'ਚ ਵਰਤੇ ਜਾਂਦੇ ਆ ਤੇ ਫੇਰ ਦੱਸਣਾ ਕਿ ਉਹ ਤੁਹਾਡੇ ਕੀਤੇ ਕਿਹੜੇ ਕਿਰਦਾਰ ਜਾਂ ਇੰਡਸਟਰੀ ਦੇ ਕਿਹੜੇ ਯਾਰ ਮਿੱਤਰ ਤੇ ਫਿੱਟ ਬੈਠਦੇ ਆ ਸੋ ਕਰੀਏ ਸ਼ੁਰੂ ਕਰੋ ਜੀ ਕਰੋ ਟੋਪੇ ਦਾ ਗਵਾ ਡੱਡੂ ਦੇਖੋ ਜੀ ਟੋਡੇ ਦਾ ਵਾਰ ਟੋਪੇ ਟੋਬੇ ਦਾ ਗਵਾਡੂ ਟੂ ਜਿਹੜਾ ਕਿ ਝੂਠ ਯਾਰ ਝੂਠ ਝੂਟਾ ਹੁੰਦਾ ਦੂਜਾ ਉਹਨੂੰ ਬੈਲੈਂਸ ਕਰ ਲੈਂਦਾ ਹਾਂਜੀ ਹੁਣ ਜਿਵੇਂ ਤੁਸੀਂ ਕੋਈ ਝੂਠ ਮਾਰਦੇ ਮੈਂ ਤਾਂ ਉਹਨੂੰ ਮੈਂ ਕੋ ਬਾਣੀ ਉਹ ਮੈਂ ਨਾਲ ਹੀ ਚੇਹੀ ਜਾਂਦਾ ਬੜੇ ਝੂਠ ਹੁੰਦੇ ਆ ਹਾਂ ਉਹ ਤਾਂ ਟੋਬੇ ਨਹੀਂ ਰਹੇ ਗਵਾ ਕਿਥੋਂ ਰਹਿਣੇ ਡੱਡੂ ਵੀ ਐਣੀ ਫੇਰ ਤਾਂ ਡੱਡੂ ਲੱਭ ਜਾਂਦੇ ਕਿਤੇ ਡੱਡੂ ਤੇ ਬਤੇਰੇ ਫਿਰਦੇ ਜਿੱਥੋਂ ਦੀ ਖੋਤੀ ਉੱਥੇ ਹੀ ਆਣ ਖਲੋਤੀ ਆ ਜਿੱਥੋਂ ਦੀ ਖੋਤੀ ਉੱਥੇ ਆ ਉਹ ਇੱਕ ਦੋ ਮੁੜ ਕੇ ਕਹਿੰਦੇ ਉੱਥੇ ਹੀ ਆ ਕੇ ਲੈਣ ਦੇਣਾ ਹਾਂ ਜੀ ਬਿਲਕੁਲ ਜਿੱਥੋਂ ਦਾ ਕੋਈ ਕਿਤੇ ਜਾਵੇ ਇਹ ਤਾਂ ਮੇਤੇ ਟੁੱਕਦਾ ਜੀ ਹਾਂ ਜੀ ਅੱਛਾ ਮੈਂ ਇੱਥੋਂ ਐਕਟਰ ਬਣ ਕੇ ਆ ਗਿਆ ਸੀਗਾ ਬੰਬੇ ਹਾਂ ਚਲੋ ਉੱਥੇ ਕੰਮ ਕੀਤਾ ਉਹ ਲੈ ਦੇ ਕੇ ਪੰਜਾਬ ਚ ਆ ਗਿਆ ਉਹ ਕਹਿੰਦਾ ਹੋ ਗੱਲ ਵੀ ਉੱਥੇ ਢੋਗਦੇ ਜਾਉਂਗੇ ਮੁੜਕਟ ਬੋਤੀ ਬੋਰਡ ਦੇ ਥੱਲੇ ਉਹ ਵੀ ਆਖ ਦਿੰਦੇ ਆਣਾ ਵੀ ਆਨੇ ਵਾਲੀ ਥਾਂ ਤੇ ਫੇਰ ਆ ਗਿਆ ਜਿੱਥੋਂ ਚੱਲਿਆ ਸੀ ਮੈਂ ਵੀ ਕਹਿੰਦੇ ਮੈਂ ਪੰਜਾਬ ਚ ਫੇਰ ਆ ਗਿਆ ਇੱਥੋਂ ਜੀ 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 ਇਹ ਖੋਤੀ ਵਾਲਾ ਤਾਂ ਇਧਰ ਨੂੰ ਅੱਜ ਹੋ ਗਿਆ ਥੋੜਾ ਜਿਹਾ ਚਲੋ ਸੇਮ ਕਰ ਪੁਨ ਖਾਕ ਸੁਨ ਇਹ ਬੜੇ ਸਿਆਣੇ ਜਾਲਾ ਨਹੀਂ ਕਲਯੁਗ ਦਾ ਕਲਯੁਗ ਦਾ ਜ਼ਮਾਨਾ ਹੈ ਪੁਨ ਕਰਕੇ ਕਸੌਣ ਨਹੀਂ ਪੈਂਦੇ ਸਹੀ ਗੱਲ ਹੈ ਅੱਛਾ ਜੋ ਨੰਬਰ ਜੀ ਕਰਕੇ ਦੇ ਆਓ ਸ਼ਾਬਾਸ਼ ਨਹੀਂ ਮਿਲਦੀ ਕਿਤੇ ਨਾ ਨਾ ਉਹਦਾ ਤਾਂ ਕੋਈ ਕੋਈ ਤੁਹਾਡੀ ਪਸੰਦਾ ਕਰਨੀ ਕਿਸੇ ਨੇ ਨਹੀਂ ਜੀ ਜੀ ਕੱਲ ਜੋ ਗਾ ਜੀ ਇੱਥੇ ਦਿੱਦੇ ਚੱਲਦਾ ਪੁਰਾਣੇ ਤੋਂ ਕੁਝ ਲਖਾਓ ਉਹ ਸੋਚ ਲੈਂਦੇ ਐ ਵੀ ਇਹ ਜਿਹੜਾ ਕੁਝ ਕਰਦਾ ਫਿਰ ਤਾਂ ਇਹਦੇ ਵਿੱਚ ਵੀ ਕੁਝ ਹੈਗਾ ਉਹ ਪੋਜ਼ਿਟਿਵ ਦੇਖਦੇ ਨਹੀਂ ਨਾ ਤਾਂ ਇਸ ਕਰੇ ਪਨਰ ਨਹੀਂ ਕਰਨਾ ਚਾਹੀਦਾ ਹਨਾ ਖਾਣੇ ਛੋਲੇ ਡਕਾਰ ਬਦਾਮਾਂ ਦੇ ਆ ਦਾ ਸਟਰਗਲ ਆ ਲੈਣਾ ਇਹ ਹੈਗੇ ਬੰਦੇ ਇੰਡਸਟਰੀ 'ਚ ਬਿਤੇਰੇ ਇਦਾਂ ਦੇ ਹੈਗੇ ਜੀ ਹਾਂ ਜੀ ਵਿਖਾਵਾ ਕੁਛ ਕਰਨਾ ਉਹ ਬਾਹਲਾ ਦਿਖਾਵਾ ਕਰਦੇ ਨੇ ਉਨੀ ਗੱਲਬਾਤ ਹੁੰਦੀ ਦੀ ਉਹਦਾ ਮਤਲਬ ਵੇਜ ਨਿਕਲੇਗਾ ਆਪਣਾ ਤੇ ਉਧਰ ਆ ਹੈਗਾ ਇੱਧਰ ਹੈਗਾ ਤੇ ਬਾਅਦ 'ਚ ਜਾ ਕੇ ਕਹਿੰਦੇ ਆ ਭਾਜੀ 10 ਰੁਪਏ ਹੈਗੇ ਤੁਹਾਡੇ ਕੋਲ ਇੱਕ ਇਹ ਵੀ ਕਿ ਆਖਦੇ ਹੁੰਦੇ ਨੇ ਨਾ ਦੇਸੀ ਟਟੂ ਖੁਰਾਸਾਨੀ ਦਲੱਤੇ ਉਹ ਵੀ ਇੱਕ ਹੈਗਾ ਵੀ ਖੁਰਾਸਾਨ ਦੇ ਕੋੜੇ ਮਸ਼ਹੂਰ ਹੁੰਦੇ ਸੀ ਹਾਂ ਜੀ ਦਲੱਤੇ ਤੋਂ ਉਹਨਾਂ ਵਾਲੇ ਚਲਾਉਂਦੇ ਆ ਹੈ ਦੇਸੀ ਦੇਸੀ ਆ ਇਹ ਸਾਡੀ ਇੰਡਸਟਰੀ 'ਚ ਬਹੁਤ ਜ਼ਿਆਦਾ ਚੱਲਦਾ ਜੀ ਸ਼ੋਭਾ ਜੀ ਟਟੂ ਖੁਰਾਸਾਨੀ ਦਲੱਤੇ ਹਾਂ ਸੱਦੀ ਨਾ ਬੁਲਾਈ ਮੈ ਲੜੇ ਦੀ ਤਾਈ ਤਾਈ ਬੇਨ ਬੇਨ ਬੁਲਾਏ ਮਹਿਮਾਨ ਇਹ ਹੋਇਆ ਜੀ ਆਪਾਂ ਜਦੋਂ ਇਹ ਸਾਡੇ ਨਾਲ ਹੋਇਆ ਜੀ ਜੀ ਅਸੀਂ ਨਵੇਂ ਨੇ ਇੱਥੇ ਤੇ ਫਾਈਵ ਸਟਾਰ ਹੋਟਲ 'ਚ ਨਾ ਬੇਚ ਵਿਚ ਤੇ ਆ ਬਾਰ ਬੈਠ ਕੇ ਨਾ ਪਲੇ ਪਲੂ ਕਰਨ ਤੋਂ ਬਾਅਦ ਐਦਾਂ ਹੋਟਲ ਵੱਲ ਮੂੰਹ ਚੱਕ ਕੇ ਨਾ ਦੇਖ ਦੇਖ ਉਹ ਤਨੋਵਰ ਟਲ ਹੋ ਗਿਆ ਆਪਣਾ ਹੌਲੀਡੇ ਨੂੰ ਸੀਗਾ ਜੀ ਮੇਰਾ ਇੱਕ ਦੋਸਤ ਹੈ ਰਾਣਾ ਦੀਪਰਾ ਜਣਾ ਐਕਟਰ ਕਹਿੰਦਾ ਯਾਰ ਇਹਨੂੰ ਠੀਕ-ਠਾਕ ਦਿੱਖਦਾ ਯਾਰ ਚਲੋ ਚੱਲੇ ਅਸੀਂ ਬਰਾਤ ਤੇ ਚਲੇ ਜੀ ਨਾਲ ਪੰਜਾਬੀਆਂ ਦਾ ਵਿਆਹ ਸੀ ਨਾਲ ਨਾਲ ਐ ਤੁਰੇ ਗਏ ਉੱਥੇ ਤੇ ਹੌਲੀ-ਹੌਲੀ ਕਰਦੇ ਕਰਦੇ ਉਹ ਪਾਰਟੀ ਦੇ ਵਿੱਚ ਜਾ ਕੇ ਉਹ ਤਾਂ ਚਿਕਨ ਚੁਗਣ ਫਾੜ ਕੇ ਚੁਪਕੇ ਜਿ ਬਿਹਲੇ ਮੈਂ ਕਿਹਾ ਇਸ ਤੋਂ ਪਹਿਲਾਂ ਕੋਈ ਫੜ ਕੇ ਕੁੱਟੇ ਹਮ ਚੱਲ ਨਿਕਲ ਜਾਓ ਇਸ ਬਿਹਰੇ ਬੰਦੇ ਇਦਾਂ ਦੇ ਹੁੰਦੇ ਆ ਐਵੇਂ ਕਿਵੇਂ ਘੁੱਜ ਜਾਂਦੇ ਕਿਤੇ ਪੱਧ ਠੀਕ ਹੈ ਜੀ ਸੁਰੀਲੀ ਜੀ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬੈ ਗਈ تیاری ਵੱਟੀ ਹੋਵੇ ਤੇ ਗੱਲ ਬਣੇ ਨਾ ਹੈ ਨਾ ਉਹ ਉੱਥੇ ਗੱਲ ਇਹ ਲੱਗ ਜਾਂਦੀ ਏ ਮੁਹਾਵਰਾ ਉੱਥੇ ਹੈ ਕਈ ਵਾਰੀ ਕੀ ਹੁੰਦਾ ਵੀ ਤਿਆਰੀਆਂ ਤੁਰੀਆਂ ਫੂਕ ਦਸੀਆਂ ਵੀ ਉਹ ਇੱਕਦਮ ਤੇ ਉਹ ਮੌਕੇ ਤੇ ਆ ਕੇ ਪ੍ਰੋਗਰਾਮ ਬਣਾਉਂਦੇ ਉਹ ਕਹਿੰਦੇ ਨਹੀਂ ਨਹੀਂ ਆਪਣੇ ਨਾਲ ਕਹਿੰਦੇ ਜੀ ਅੱਜ ਥੋੜੀ ਸ਼ੂਟਿੰਗ ਹੈ ਨਹੀਂ ਕਹਿੰਦੇ ਇਹ ਕੰਮ ਮੁਕਮ ਕਰਵਾ ਕੇ ਵਢਾ ਲੈਂਦੇ ਆ ਸੌਰੀ ਸਰ ਅੱਜ ਥੋੜਾ ਜਿਆਦਾ ਥੋੜਾ ਸ਼ੂਟ ਨਹੀਂ ਕੱਲ ਕਰਾਂਗੇ ਉਹ ਉੱਥੇ ਜਿੱਡ ਡੁੱਕ ਜਾਂਦੀ ਗੱਲ ਸਾਰੀਆਂ ਮੁਹਾਵਰਾ ਆਪਣੇ ਹਿਸਾਬ ਨਾਲ ਹੀ ਬਣੀਆਂ ਹਾਂਜੀ ਬਿਲਕੁਲ ਹੈਨਾ ਜੀ ਉਹ ਦਿਨ ਡੁੱਬਾ ਜਦ ਕੋੜੀ ਚੜਿਆ ਡੁੱਬਾ ਇਹ ਤਾਂ ਫਿਰ ਮਾੜੇ ਐਕਟਰਾਂ ਦੀ ਆ ਉਹ ਦਿਨ ਡੁੱਬਾ ਜਦ ਕੋੜੀ ਜਿਹੜੇ ਕੋ ਬਾਏ ਕਿੱਥੇ ਜੁੜਦੇ ਭਾਜੀ ਇਹ ਕਹਿੰਦੇ ਜੀ ਕਿ ਉਹ ਕੋਈ ਚੀਜ਼ ਕਦੇ ਹੋਈ ਨਹੀਂ ਸਾਦੀ ਹਾਂ ਤੇ ਵੀ ਪੁਪਾ ਕੋੜੀ ਚੜ ਗਿਆ ਤਾਂ ਫਿਰ ਕਮਾਲ ਹੋ ਜੂਗੀ ਕਮਾਲ ਨਹੀਂ ਜਾ ਹੀ ਨਹੀਂ ਸਕਦਾ ਕਹਿੰਦੇ ਉਹ ਦਿਨ ਆ ਹੀ ਨਹੀਂ ਸਕਦਾ ਉਹ ਦਿਨ ਨਹੀਂ ਆ ਸਕਦਾ ਵੀ ਆ ਬੰਦਾ ਜੇ ਐਂ ਕਰ ਜੇ ਤਾਂ ਫਿਰ ਉਹ ਗੱਲ ਹੀ ਜੋ ਹੋ ਗਈ ਉਹ ਦਿਨ ਡੁੱਬਾ ਆਪਾਂ ਕੁਝ ਕਹਿੰਦੇ ਵੀ ਤੇਰੇ ਵਾਸਤਾ ਕੰਮ ਨਹੀਂ ਆ ਤੇਰੇ ਵਾਸਤਾ ਕੰਮ ਨਹੀਂ ਬਿਲਕੁਲ ਆਪਾਂ ਕਹਿੰਦੇ ਐਕਟਿੰਗ ਸਭ ਦੇ ਬਾਤ ਦਾ ਕੰਮ ਨਹੀਂ ਹੈ ਦਰਸ਼ਕ ਸਾਡੇ ਬਾਤ ਦਾ ਕੰਮ ਨਹੀਂ ਹੈ ਜੀ ਹੈ ਨਾ ਸਹੀ ਗੱਲ ਇਹ ਮੁਹਾਵਰਾ ਬਿਲਕੁਲ ਇੱਥੇ ਟੁੱਕਦਾ ਹੈ ਕੁੱਬੇ ਨਾਲ ਤਾਂ ਥੱਕਾ ਹੋ ਗਿਆ ਨਾ ਵਿਚਾਰੇ ਦਾ ਲੋ ਜੀ ਦੇਸੀ ਮੁਹਾਵਰਿਆਂ ਤੋਂ ਬਾਅਦ ਦੋ ਕੁ ਸਵਾਲ ਹੈ ਜੋ ਸੁਰੀਲੀ ਵੀ ਤੁਹਾਨੂੰ ਪੁੱਛਣਾ ਚਾਹੁੰਦੀ ਹੈ ਪਹਿਲੀ ਗੱਲ ਤਾਂ ਇਹ ਕਿ ਪਿਛਲੀ ਵਾਰ ਵੀ ਸੁਰੀਲੀ ਨੂੰ ਤੁਸੀਂ ਦੋਵੇਂ ਹੀ ਮਿਲਣ ਆਏ ਸੀ ਹਾਂ ਤੇ ਐਤਕੀ ਵੀ ਤੁਸੀਂ ਦੋਵੇਂ ਆਏ ਏ ਹਰ ਵਾਰੀ ਤੀਜੇ ਸ਼ਿਕਾਰੀ ਕਿੱਥੇ ਵਿਅਸਤ ਰਹਿੰਦੇ ਆ ਉਹ ਲੁਚਮਣ ਹੈ ਜੀ ਉਹ ਅਸੀਂ ਉਹਨੂੰ ਲਗੋ ਕੇ ਰੱਖਿਆ ਹੋਇਆ ਉਹਨੂੰ ਬਾਅਦ ਚ ਕੱਢਦੇ ਆ ਮੀਟਿੰਗ ਚ ਕੱਢਾਂਗੇ ਪ੍ਰੈਸ ਕਾਨਫਰੰਸ ਚ ਕੱਢਾਂਗੇ ਤੇ ਫਿਰ ਮੈਨੂੰ ਪਤਾ ਲੱਗੇ ਸਾਡੇ ਕੋਲ ਕੁਰਸੀਆਂ ਦੋ ਹੀ ਸੀਗੀਆਂ ਇੱਥੇ ਹਮ ਮੈਂ ਕਿਹਾ ਤੀਜੀ ਕੁਰਸੀ ਲਾਉਣੀ ਪਾਣੀ ਤੇ ਇਸ ਕਰਕੇ ਅਸੀਂ ਦੋਨੋਂ ਹੀ ਆ ਜਿੰਦਾ ਅਸਲ ਚ ਨਾ ਉਹ ਉਹਦਾ ਨਾਂ ਉਹਦੇ ਆਪਾਂ ਕੀ ਨਾਂ ਲੈਨੇ ਹੁੰਨੇ ਆ ਸ਼ਿਕਾਰੀ ਦੇ ਲੁਚਮਣ ਲੁਚਮਣ ਤਾਂ ਉਹ ਤਾਂ ਮਜ਼ਾਕ ਨਾਲ ਗੱਲ ਕਰ ਰਹੇ ਆ ਕਿਉਂਕਿ ਉਹ ਬਹੁਤ ਪਿਆਰਾ ਵੀਰ ਹੈ ਉਹ ਬਿਜ਼ੀ ਸੀ ਜੀ ਇਸ ਕਰਕੇ ਆ ਨਹੀਂ ਸਕੇ ਪਰ ਕੱਲ ਨੂੰ ਲੈ ਆਉਣਾ ਹੈ ਅਸੀਂ ਉਹਨਾਂ ਨੂੰ ਪਰ ਉਹਦੇ ਬਗੈਰ ਅਧੂਰਾ ਕੰਮ ਹੈ ਨਾ ਹਾਂ ਬਿਲਕੁਲ ਅਧੂਰਾ ਲੱਗ ਰਿਹਾ ਹੈ ਆਪਣਾ ਵੀ ਜੀ ਕਰਦਾ ਸਾਡੇ ਸ਼ਿਕਾਰੀ ਦੀ ਪੂਛ ਹੀ ਹੈ ਨੀ ਕੋਈ ਐਹੋ ਜੀ ਗੱਲ ਦੱਸੋ ਇੱਕ ਦੂਜੇ ਬਾਰੇ ਜੋ ਤੁਹਾਨੂੰ ਸ਼ਿਕਾਰੀ ਵੰਦੇ ਦੌਰਾਨ ਨਾ ਪਤਾ ਲੱਗੀ ਹੋਵੇ ਪਰ ਸ਼ਿਕਾਰੀ 2 ਦੀ ਸ਼ੂਟਿੰਗ ਵੇਲੇ ਉਹ ਰਾਜ਼ ਤੋਂ ਪਰਦਾ ਚੱਕਿਆ ਗਿਆ ਇਹ ਮੇਰੇ ਖਿਆਲ ਇਹ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਹੋਰ ਰਹਿ ਗਿਆ ਹੋਵੇ ਇਨਾ ਜ਼ਰੂਰ ਹੈ ਵੀ ਤੁਸੀਂ ਚਾਹ ਘੱਟ ਵੀ ਪੀਂਦੇ ਸੀ ਨਹੀਂ ਤਾਂ ਉੱਥੇ ਕਲੀਅਰ ਹੋ ਗਿਆ ਸੀ ਆਪਣਾ ਆ ਉੱਥੇ ਕਲੀਅਰ ਹੋ ਗਿਆ ਸੀ ਹਾਂ ਇਹ ਹੈ ਕਿ ਬੰਦੂ ਚਾਹ ਤੇ ਪਰ ਨੋ ਯਾ ਹਮੈਨੂੰ ਇਹ ਨਹੀਂ ਪਤਾ ਸੀ ਕਿ ਗੁੱਗੂ ਮੈਂ ਸਰਦਾਰੀ ਗੁੱਗੂ ਭਾਈ ਵੈਜੀਟੇਰੀਅਨ ਨੇ ਤੇ ਜਦੋਂ ਸ਼ਿਕਾਰੀ ਟੂ ਤੇ ਅਸੀਂ ਇੱਕ ਸੀਨ ਕਰਨ ਲੱਗੇ ਉੱਥੇ ਚਿਕਨ ਚੁਕਣ ਜਾਏ ਤਾਂ ਮੇਰਾ ਪਹਿਲਾ ਲੱਤ ਚੱਕ ਕੇ ਹੀ ਖਾ ਗਏ ਉਹ ਸੀਨ ਦੇ ਵਿੱਚ ਜਿਹੜਾ ਵੀ ਸੀਨ ਦੁਬਾਰਾ ਮੰਗਵਾਣੇ ਪਏ ਦੁਬਾਰਾ ਮੰਗਵਾਣੇ ਬਾਅਦ ਸਾਰੇ ਮਸਤੀ ਹੈ ਉਹ ਸੀਨ ਅਜੇ ਵਿੱਚ ਹੀ ਰਹਿ ਗਿਆ ਉਹ ਲੈਗ ਵੀ ਉਹ ਕਦਮ ਹੋ ਗਏ ਉਹਦੇ ਨਾਲ ਚ ਬੱਚੇ ਚ ਬੈਠ ਕੇ ਨਾਈ ਜਾਂਦੇ ਸੀ ਆਓ ਆਓ ਮੈਂ ਸੋਚਦਾ ਮੈਜੀ ਡੀਨੀ ਨੂੰ ਤੁਸੀਂ ਹਾਂ ਉਹ ਮੁਰਗੇ ਜਿਹੜੇ ਆਏ ਸੀ ਉਹ ਤਾਂ ਮੈਂ ਹੀ ਅੱਧੇ ਕਰੇ ਮੈਂ ਜਦੋਂ ਇੱਦਾਂ ਰੱਖੇ ਮੈਂ ਸੋਚਿਆ ਯਾਰ ਗੁੱਗੂ ਬਾਈ ਨੇ ਤਾਂ ਖਾਣੇ ਨਹੀਂ ਪਤਾ ਲੱਗੇ ਪਹਿਲਾਂ ਲੱਤੇ ਇਹਨਾਂ ਨੇ ਚੱਕੀਆਂ ਆਏ ਕਹਿੰਦੇ ਯਾਰ ਆ ਵਧੀਆ ਸੁਆਦ ਜੇ ਨਹੀਂ ਬਣਿਆ ਵੀ ਚੰਗਾ ਸੀ ਹਨਾ सोनू ਕੋਈ ਗੱਲ ਯਾਦ ਹੋ ਮੇਰੇ ਬਾਰੇ ਕੋਈ ਬੱਸ ਕੋਈ ਇਹ ਵੀ ਗੱਲ ਹੈ ਨਹੀਂ ਕੋਈ ਜਿਹੜੀ ਆਪਾਂ ਇਹ ਛੱਡੀ ਹੋਵੇ ਹਾਂ ਆਪ ਆਸਾ ਕਿੱਡਾ ਆ ਦੇਖੋ ਮੈਨੂੰ ਯਾਦ ਆ ਗਈ ਕਿਦੋਂ ਔਰ ਬਹੁਤ ਵਧੀਆ ਅੰਜੋਏ ਕੀਤਾ ਆਪਾਂ ਸਾਰਿਆਂ ਨੇ ਨਾਲ-ਨਾਲ ਕੰਮ ਹੋ ਗਿਆ ਨਾਲ-ਨਾਲ ਸਾਰੇ ਹੱਸੇ ਪਿਕਨਿਕ ਹੋ ਗਈ ਪਿਕਨਿਕ ਪਿਕਨਿਕ ਹੋ ਗਈ ਔਰ ਇੱਕ ਪਾਈਚਾਰਾ ਮਜ਼ਬੂਤ ਹੋ ਗਿਆ ਔਰ ਚਿਕਨ ਅਸਲੀ ਸੀਗਾ ਪਰ ਮੈਂ ਦਹਦਲ ਆਡੀਅেন্স ਨੂੰ दारू ਨਕਲੀ ਸੀਗੀ दारू ਨਕਲੀ ਸੀ ਸਾਰਿਆਂ ਨੂੰ ਪਤਾ ਮੈਂ ਪੀਂਦਾ ਨਹੀਂ ਹਾਂ ਹਾਂ ਭਾਈ ਪੀਂਦੇ ਨਹੀਂ ਹਾਂਗੇ ਹੁਣ ਵਾਰੀ ਹੈ ਸਾਡੀ ਲਾਸਟ ਫਨ ਗੇਮ ਦੀ ਜਿਹਦਾ ਨਾਮ ਹੈ ਗੀਤ ਤੇ ਕਿੱਸੇ ਹੁਣ ਸੁਰਿਲੀ ਚਲਾਉਗੀ ਕੁਝ ਗੀਤ ਤੇ ਪੁੱਛੂਗੀ ਕੁਝ ਸਵਾਲ ਤੇ ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਹੈ ਆਪਣੀ ਜ਼ਿੰਦਗੀ ਚੋਂ ਆਏ ਤਜਰਬੇ ਦੇ ਨਾਲ ਕਰੀਏ ਸ਼ੁਰੂ ਮੈਂ ਤੁਸੀਂ ਦਿਓ ਆ ਗੀਤ ਸੁਣ ਕੇ ਯਾਰੀ ਦਾ ਕਿਹੜਾ ਕਿੱਸਾ ਸਭ ਤੋਂ ਪਹਿਲਾਂ ਜੀਤੇ ਆਉਂਦਾ ਹੈ ਆ ਇਹ ਤਾਂ ਬੜਾ ਕੁਝ ਯਾਦ ਆ ਗਿਆ ਕਾਲਜ ਦੇ ਦਿਨ ਯਾਦ ਆ ਗਏ ਹੈ ਨਾ ਆਪਾਂ ਜਿਵੇਂ ਹੁਣ ਆਪਣੀ ਇੱਥੇ ਸ਼ਿਕਾਰੀਆਂ ਦੀ ਯਾਰੀ ਹੈ ਇੱਥੇ ਹੈ ਨਾ ਉਹਦਾ ਚਾਰ ਆਪਣੀ ਪੱਕੀ ਉਦਾਂ ਹੀ ਹੋਗੇ ਜੀ 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 ਤੇ ਵੈਸੇ ਮੇਰਾ ਵੀ ਕਾਲਜ ਦੇ ਮੈਨੂੰ ਇੱਕਦਮ ਇੱਕ ਨਹੀਂ ਲੰਬੇ ਕਿਸੇ ਯਾਦ ਹੋ ਗਏ ਜੀ 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 ਕਿਦਾਂ ਮੋਟਰਸਾਈਕਲਾਂ ਤੇ ਨਿਕਲਣਾ ਹਾਕੀਆਂ ਓਕੀਆਂ ਕੇ ਲੜਬੀ ਪੈਣਾ ਇਹ ਵੀ ਕਰਨਾ ਝਗੜਨੇ ਪੈਣੇ ਹਮ ਹਮ ਖਰੋ ਜਾਰੀ ਅੱਜ ਕੱਲ ਤਾਂ ਘੱਟ ਬਿਲਕੁਲ ਬਿਲਕੁਲ ਉਹ ਪੁਰਾਣੇ ਉਹ ਇੱਕ ਦੌਰ ਹੁੰਦਾ ਜਦ ਉਸ ਉਮਰ ਚ ਤੁਹਾਡੇ ਦੋਸਤ ਯਾਰ ਅਨਮੁੱਲੇ ਤਾਂ ਹੀ ਗਿਆ ਹਾਂ ਯਾਰ ਅਨਮੁੱਲੇ ਜਿਹੜੇ ਹੁੰਦੇ ਆ ਨਾ ਉਹ ਪੁਰਾਣੇ ਯਾਰ ਜਦੋਂ ਖੜੇ ਆ ਜਿਹੜੇ ਜਿੰਨਾ ਉਹ ਪੁਰਾਣੇ ਦੋਸਤ ਹੁੰਦੇ ਸਿਆਣੇ ਕਹਿੰਦੇ ਆ ਵੀ ਕਿਸੇ ਨੂੰ ਕਿਸੇ ਦੇ ਕਿਰਦਾਰ ਬਾਰੇ ਜਜਮੈਂਟ ਕਰਨੀ ਹੋਵੇ ਤਾਂ ਉਹਦੇ ਪੁਰਾਣੇ ਦੋਸਤ ਨੂੰ ਉਸ ਤੋਂ ਕਿੰਨੇ ਪੁਰਾਣੇ ਦੋਸਤ ਹੈਗੇ ਉਹਨਾਂ ਉਹ ਦੋ ਤਿੰਨ ਹੋ ਜਣ ਬਹੁਤ ਹੁੰਦੇ ਆ ਹਾਂ ਜਿਹੜੇ ਪੁਰਾਣੇ ਦੋਸਤ ਜਿਹਦੇ ਨਾਲ ਨਿਭ ਰਹੇ ਆ ਉਹ ਬੰਦਾ ਅੱਛਾ ਹੀ ਹੁੰਦਾ ਹੈ ਹਾਂ ਤੁਸੀਂ ਤਾਂ ਮੈਨੂੰ ਬੜੇ ਕਿੱਸੇ ਸੁਣਾਏ ਇਦਾਂ ਦੇ ਤੁਹਾਡੇ ਪਾਦਸ਼ਾਹ ਦੀਆਂ ਯਾਰੀਆਂ ਦੇ ਇਸ ਤਰ੍ਹਾਂ ਦੇ ਭਾਈਚਾਰੇ ਪੁਰਾਣੇ ਵੱਡ ਵਡੇਰਿਆਂ ਦੇ ਜਿਹੜੇ ਇੱਕ ਦੂਜੇ ਬਹੁਤ ਘਟ ਗਏ ਥੋੜੇ ਜਿਹਾ ਬਹੁਤ ਵੱਡੇ ਵੱਡੇ ਕੁਰਬਾਨੀਆਂ ਦਿੱਤੀਆਂ ਯਾਰ ਅਨਮੁੱਲੇ ਹੀ ਹੁੰਦੇ ਆ ਜੀ ਸੁਰੇਲੇ ਜੀ ਬਿਲਕੁਲ ਸੀਗੇ ਸਾਡੇ ਹੁਣ ਵੀ ਇੱਕ ਦੋ ਹੈਗੇ ਨੇ ਜਿਹੜੇ ਪੁਰਾਣੇ ਚੱਲੇ ਆ ਰਹੇ ਨੇ ਤੁਹਾਡੇ ਵੀ ਕੁਝ ਆਉਣੇ ਪੁਰਾਣੇ ਕੋਲੈਜ ਦੇ ਬਹੁਤ سارے ਜੀ ਬਹੁਤ سارے ਬਹੁਤ ਮਤਲਬ ਮਿਲਦੇ ਮਿਲਦੇ ਅੱਜ ਕੱਲ ਸੱਜਣ ਹਾਂਜੀ ਕਿਉਂ ਨਹੀਂ ਸਾਡੇ ਜਿਹੜੇ ਸੱਜਣ ਦੋਸਤ ਜਿਨ੍ਹਾਂ ਨੂੰ ਬਹੁਤ ਪਰਿਵਾਰਕ ਸਬੰਧ ਬਣ ਜਾਂਦੇ ਜੀ ਫਿਰ ਤੋਂ ਫੈਮਿਲੀ ਦਾ ਹਿੱਸਾ ਹੋ ਜਾਂਦੇ ਆ ਜਿਵੇਂ ਆਪਣੇ ਵਾਲੀ ਉਮਰ ਚ ਆ ਕੇ ਪਹਿਲਾਂ ਤਾਂ ਸਿਰਫ ਉਹ ਯਾਰ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਕਈ ਤਾਂ ਬਾਅਦ ਰਿਸ਼ਤੇਦਾਰ ਵੀ ਬਣ ਜਾਂਦੇ ਆ ਤੁਸੀਂ ਇਕੱਲੇ ਹੀ ਮਿਲਦੇ ਹੋ ਬਾਦ ਦੇ ਵਿੱਚ ਤੁਹਾਡੀ ਫੈਮਿਲੀ ਜੀ ਸ਼ਾਮਲ ਹੋ ਜਾਂਦੇ ਫਿਰ ਕਈ ਵਾਰੀ ਰਿਸ਼ਤੇਦਾਰੀ ਵੀ ਹੋ ਜਾਂਦੀ ਹੈ ਇਹ ਬਹੁਤ ਅੱਛੇ ਦੋਸਤ ਹੈਗੇ ਨੇ ਜਿਨ੍ਹਾਂ ਦੇ ਨਾਲ ਮੈਂ ਪਹਿਲਾਂ ਮੈਂ ਹੀ ਦੋਸਤ ਸੀ ਉਹਨਾਂ ਦਾ ਉਹ ਮੇਰੇ ਸੀ ਬਾਦ ਦੇ ਵਿੱਚ ਸਾਡੀਆਂ ਰਿਸ਼ਤੇਦਾਰੀ ਹਾਂਜੀ ਹਾਂ ਵਾਕੇ ਯਾਰ ਹਨ ਪੰਜਾਬੀਆਂ ਦਾ ਤਾਂ ਤਕੀਆ ਕਲਾਮੀ ਗਾੜ ਹੁੰਦੀ ਐ ਤੁਹਾਡੇ ਸਰਕਲ ਵਿੱਚੋਂ ਕਿਹੜਾ ਬੰਦਾ ਜਿਸ ਨੂੰ ਤੁਸੀਂ ਇਹ ਗਾਣਾ ਡੈਡਿਕੇਟ ਕਰਨਾ ਚਾਹੁੰਦੇ ਹੋ ਕਿ ਗਾਲ ਨਹੀਂ ਕੱਢਣੀ ਬੜੇ ਨੇ ਗਾਲ ਪਰ ਅਣਖ ਵੀ ਤਾਂ ਹੁੰਦੀ ਐ ਪੰਜਾਬੀਆਂ ਦੀ ਤਾਂ ਹੀ ਕਹਿੰਦਾ ਪਿਆਰ ਨਾਲ ਵੈਸੇ ਮੈਂ ਸਾਡੀ ਮੇਰੀ ਸ਼ਾਇਦ ਹੈ ਲੱਗਦਾ ਸੋਚ ਮੈਂ ਦੇ ਸਮਝਦਾ ਹਾਂ ਵੀ ਤੁਹਾਡੇ ਦੋਸਤ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਜਿਨ੍ਹਾਂ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਐ ਗਾਲ ਤਾਂ ਇੱਕ ਬੇਸਮਝੀ ਦੀ ਉਮਰ ਹੁੰਦੀ ਜਾਂ ਤੁਸੀਂ ਕਈ ਵਾਰੀ ਕਈ ਬੱਚੇ ਜਾਂ ਛੋਟੀ ਉਮਰ ਚ ਜਵਾਨ ਉਮਰ ਹਜੇ ਜਵਾਨ ਵੀ ਨਹੀਂ ਕਹਿ ਸਕਦੇ ਨਾ ਨਿਆਣੇ ਨਾ ਸਿਆਣੇ ਹਾਂ ਬੇ ਚਲਾ ਜਾ ਕਰੋ ਹਾਂ ਉਹ ਕਈ ਦਫਾ ਆਪਣੇ ਦੋਸਤਾਂ ਨੂੰ ਨਾ ਗਾਲ ਗੂੰਲ ਵੀ ਕੱਟ ਦਿੰਦੇ ਆ ਪਿਆਰ ਨਾਲ ਜਾਂ ਐ ਸੋਚਦੇ ਹੱਕ ਸਮਝ ਕੇ ਹਾਂ ਹਾਂ ਲੇਕਿਨ ਮੈਂ ਕਿਸੇ ਸਿਆਣੇ ਬੰਦੇ ਤੋਂ ਸੁਣਿਆ ਸੀ ਵੀ ਦੋਸਤਾਂ ਦੀ ਜਿੰਨੀ ਹੋ ਸਕੇ ਇੱਜ਼ਤ ਕਰਨੀ ਚਾਹੀਦੀ ਹੈ ਤੁਹਾਡੇ ਰਿਸ਼ਤੇ ਮਜ਼ਬੂਤ ਹੁੰਦੇ ਆ ਨੀ ਚਲੋ ਆਪਾਂ ਕਹਿੰਨੇ ਚਲੋ ਪੰਜਕਾ ਹੀ ਬੰਦਿਆਂ ਨੇ ਨਾ ਤਕਿਆ ਗਲਾ ਨਹੀਂ ਹੁੰਦਾ بڑے ਬੰਦੇ ਮੈਂ ਦੇਖੇ ਪੰਜਾਬ 'ਚ ਇਦਾਂ ਦੇ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਗਾਲ ਕੱਢ ਰਹੇ ਆ ਆ ਉਹ ਗਾਲ ਕੱਢ ਕੇ ਕਰਦੇ ਕਰਦੇ 50 ਗਾਣਾ ਗੱਡ ਦਿੰਦੇ ਉਹ ਜਿਹਨੂੰ ਕਹਿੰਦੇ ਓਏ ਕਿ ਗਾਲ ਹੀ ਗੱਢੀ ਮੈਂ ਭਾਜੀ ਮੈਂ ਕਿਤੇ ਗਾਲ ਕੱਢ ਕੇ ਗੱਲ ਗਾਲ ਕੱਢ ਕੇ ਬੋਲਦੇ ਮੈਂ ਤੈਨੂੰ ਕੀ ਆਖਿਆ ਇਹ ਪ੍ਰੋਬਲਮ ਹੈ ਪੰਜਾਬੀਆਂ ਦੀ ਖੈਰ ਆਪਾਂ ਗਾਲ ਨਹੀਂ ਕੱਢਦੇ ਤੁਸੀਂ ਵੀ ਨਹੀਂ ਕੱਢਦੇ ਮੈਂ ਵੀ ਨਹੀਂ ਕੱਢਦਾ ਇਹ ਝੂਠ ਨਹੀਂ ਬੋਲ ਰਿਹਾ ਵਿਸੇ ਮੈਂ ਸੱਚ ਬੋਲ ਰਿਹਾ ਨਹੀਂ ਕੱਢਣੀ ਚਾਹੀਦੀ ਗਾਲ ਚਲੋ ਐ ਨਹੀਂ ਹੋ ਦੀ ਲਾਈਫ ਦਾ ਐਸਾ ਕਿਹੜਾ ਪੜਾਵ ਜਾਂ ਇਨਸੀਡੈਂਟ ਸੀਗਾ ਜੀਦੇ ਤੋਂ ਬਾਅਦ ਤੁਸੀਂ ਆਪਣੀ ਕਿਸਮਤ ਤੇ ਵਕਤ ਸਭ ਬਦਲ ਦੇ ਵੇਖਿਆ ਦੱਸੋ ਕਿਸਮਤ ਤਾਂ ਹੀ ਬਦਲਦੀ ਬਦਲਦੀ ਹੈ ਪਰ ਇੱਕ ਗੱਲ ਜੀ ਰੱਬ ਨਹੀਂ ਕਦੇ ਬਦਲਦਾ ਨਾ ਰੱਬ ਉਹ ਟਲ ਜੋ ਹੈ ਨਾ تعلق ਪ੍ਰਲਾ ਹੈ ਤੇ ਕਿਸਮਤ ਅਬ ਉਹ ਕਿਸਮਤ ਬਦਲਣ ਵਾਲਾ ਹੀ ਹੈ ਹਰ ਦੌਰ ਚ ਤੁਹਾਡੀ ਉਮਰ ਦੇ ਨਾਲ ਹਾਲਾਤ ਅਲੱਗ ਹੁੰਦੇ ਆ ਹਰ ਉਮਰ ਦੇ ਕੁਝ ਹਾਸਲ ਹੁੰਦਾ ਕੁਝ ਨਹੀਂ ਵੀ ਹੁੰਦਾ ਤਾਂ ਕਿਸੇ ਚੀਜ਼ ਨੂੰ ਤੁਸੀਂ ਕਿੰਨੀ ਇੰਪੋਰਟੈਂਸ ਦਿੰਦੇ ਹੋਏ ਤੇ ਤੁਹਾਡੇ ਪਰ ਤੁਸੀਂ ਕਿਸਮਤ ਤੇ ਬਲੀਵ ਕਰਦੇ ਹੋ ਕਿਸਮਤ ਤਾਂ ਹਾਂ ਕਰਦੇ ਵੀ ਆ ਥੋੜਾ ਬਹੁਤ ਲੇਕਿਨ ਨਾਲ ਮਿਹਨਤ ਵੀ ਕਰਦੇ ਆ ਜੀ ਨਾਲ ਮਿਹਨਤ ਵੀ ਕਰਨੀ ਮਿਹਨਤ ਨੂੰ ਵੀ ਹੈ ਪਰ ਕਿਸਮਤ ਕਹਿੰਦੇ ਹੈ ਵੀ ਇਹ ਵੀ ਇੱਕ ਜ਼ਰੂਰ ਬਹੁਤ ਜ਼ਰੂਰੀ ਹੈ ਤੁਹਾਡੀ ਕਿਸਮਤ ਕੰਮ ਕਰਦੀ ਹੈ ਤਾਂ ਤੁਸ ਤੁਹਾਡੀ ਮਿਹਨਤ ਨੂੰ ਫਿਰ ਡਬਲ ਫਾਇਦਾ ਮਿਲ ਜਾਂਦਾ ਹੈ ਤੇ ਤੂੰ ਆਪਣੇ ਦੇ ਰੱਬ ਨੂੰ ਹਮੇਸ਼ਾ ਯਾਦ ਰੱਖੋ ਔਰ ਉਹਦੀ ਮਿਹਰ ਹੁੰਦੀ ਹੁੰਦੀ ਹੈ ਮੈਂ ਰੱਬ ਜੇ ਰੱਬ ਹੈਗਾ ਫਿਰ ਕਿਸਮਤ ਦੀ ਲੋੜ ਹੀ ਰੱਬ ਤੋਂ ਰੱਬ ਇਕੱਲਾ ਹੀ ਵਾਦੀ ਉਹ ਕਿਹੜੀ ਗੱਲ ਸੀ ਜੀ ਦੇ ਕਰਕੇ 18 ਸਾਲ ਦਾ ਮੁੱਛ ਫੁੱਟ ਗੱਭਰੂ ਪਿੰਡ ਦੀ ਨਿਗਾਹ 'ਚ ਆ ਗਿਆ ਸੀ ਤੁਸੀਂ ਕਿਉਂ ਸਾਡੇ ਪੁਰਾਣੇ ਸਾਡੇ ਸਾਡੇ ਪਾਪ ਸ੍ਰੀਲੀ ਮੈਡਮ ਸਾਡੀ ਜਵਾਨੀ ਦੀਆਂ ਗੱਲਾਂ ਪੁੱਛ-ਪੁੱਛ ਕੇ ਕਿਉਂ ਤੰਗ ਪਾ ਰਹੇ ਹੋ ਉਹ ਉਮਰ ਹੀ ਇਦਾਂ ਦੀ ਹੁੰਦੀ ਹੈ ਤੇ ਉਹ ਸ਼ਰਾਰਤਾਂ ਬੇਸ਼ੱਕ ਸਾਰੇ ਕਰਦੇ ਆ ਹਾਂ ਲੇਕਿਨ ਜੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਤਾਂ ਬੜੇ ਅਦਬੋਦੈਬ ਚਿਰਨ ਵਾਲੇ ਬੱਚਿਆਂ ਚ ਸੀ ਕਿਉਂਕਿ ਤੁਸੀਂ ਵੱਡਿਆਂ ਦੀ ਛਤਰਛਾਇਆ ਥੱਲੇ ਉਹਨਾਂ ਦਾ ਸਤਿਕਾਰ ਕਰਦੇ ਹੋ ਤਾਂ ਹਮੇਸ਼ਾ ਹੀ ਉਹ ਸ਼ਰਮ ਦੇ ਵਿੱਚ ਪਰ ਮੈਨੂੰ ਪਤਾ ਨਹੀਂ ਸਤਕਾਰ ਦੇ ਨਾਲ ਮੈਂ ਥੋੜਾ ਜਿਹਾ ਡਿਫਰ ਕਰ ਰਿਹਾ ਤੁਹਾਡਾ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਹਰ ਪੜਾ ਹੁੰਦਾ ਜੋ ਲਾਈਫ ਦਾ ਉਹ ਜਿੱਥੋਂ ਆਉਂਦਾ ਹੈ ਥੋੜਾ ਜਿਹਾ ਉਧਰ ਰਹਿਣਾ ਚਾਹੀਦਾ ਉਹਨੂੰ ਇੰਜੋਏ ਕਰਨਾ ਚਾਹੀਦਾ ਇੰਜੋਏ ਕਰਨਾ ਚਾਹੀਦਾ ਹੈ ਲੇਕਿਨ ਜੇ ਬੱਚੇ ਕਈ ਵਾਰੀ ਉਸ ਉਮਰ ਦੀ ਕਮਾਲ ਦੀ ਉਮਰ ਹੁੰਦੀ ਹੈ ਜੋ ਬਾਲ ਤਨੀ ਸਮਝਦੇ ਵੱਡਿਆਂ ਦਾ ਜੇ ਸ਼ਰਮ ਹੋਵੇ ਜਾਂ ਉਹਨਾਂ ਦਾ ਡਰ ਹੋਵੇ ਤਾਂ ਥੋੜਾ ਡਰ ਕੇ ਸ਼ਰਮ ਇੱਜ਼ਤ ਇੱਜ਼ਤ ਦਾ ਇੱਜ਼ਤ ਦਾ ਕਰਦੇ ਕਰਨੀ ਚਾਹੀਦਾ ਉਹ ਤੁਹਾਡੇ ਸੰਸਕਾਰ ਨੇ ਗਿਲ ਸਾਹਿਬ ਜਦ ਪਹਿਲੀ ਵਾਰੀ ਤੁਸੀਂ ਸੁਰੀਲੀ ਦੇ ਵਿਰੇ ਆਏ ਸੀ ਆ ਸੁਰੀਲੀ ਨੇ ਤੁਹਾਨੂੰ ਇੱਕ ਡਾਇਲੌਗ ਡੈਡੀਕੇਟ ਕੀਤਾ ਸੀ ਹੁਣ ਸੁਰੀਲੀ ਚਾਹੁੰਦੀ ਹੈ ਕਿ ਗੁੱਗੂ ਜੀ ਤੁਸੀਂ ਵੀ ਸੁਰੀਲੀ ਨੂੰ ਕੋਈ ਡਾਇਲੌਗ ਜਾਂ ਸ਼ੇਅਰ ਡੈਡੀਕੇਟ ਕਰ ਦਿਓ ਸ਼ਿਸ਼ ਸ਼ੇਅਰ ਸ਼ੇਅਰ ਕਰਾ ਤੁਹਾਡਾ ਡਿਪਾਰਟਮੈਂਟ ਹੈ ਹਾਂਜੀ ਅ ਮਾਜਦੇ ਸਮੇ ਲਈ ਇੱਕ ਸ਼ੇਅਰ ਦਸਨ ਲੱਗੇ ਜੀ ਤੁਹਾਨੂੰ ਪੜਨ ਲੱਗੇ ਇੱਕ ਸ਼ੇਅਰ सात संदूकों में भर कर सात संदूकों में भर कर दफना डालो सारी नफरतें आह आज इंसान को मोहब्बत की जरूरत है बहुत आह है ना ये थोड़ी फितरत है ये थोड़ी मोहब्बत है थोड़ी फितरत है सारे ऐसा सोचना जी ते दुनिया बल्ले बल्ले एकदम स्वर्गदा बन जाए ते डायलॉग सुना दे कदा कोई तो मतलब वेन भी नहीं याद रंदे डायलॉग कोई अपना कोई पसंदीदा डायलॉग ਸੁਚਾ ਤੇਰੇ ਨਾਏ ਪੈਣਦਿਆ ਵੀਰਾ ਵੈਰੀ ਗੁੱਡ ਵੈਰੀ ਗੁੱਡ ਵੈਸੇ ਮੈਨੂੰ ਖਾਲਾ ਕੇ ਤੁਸੀਂ ਦੱਸਿਆ ਸੀ ਕਿ ਦੱਤ ਸਾਹਿਬ ਨੇ ਅ ਬਿਰੋਧ ਖੰਨਾ ਔਰ ਤਰਮਪਾ ਜੀ ਦੇ ਇਹਨਾਂ ਤੋਂ ਮੈਂ ਤਾਂ ਸਾਰ ਖਤੋਂ ਨੂੰ ਦੇਖ ਕੇ ਮੈਂ ਤਾਂ ਬਿਰੋਧ ਖੰਨਾ ਭਜਦੀ ਜਿਆਦਾ ਹੁੰਦੀ ਹੈ ਅੱਛਾ ਜਿੱਦ ਕੇ ਘਰ ਵਾਲੀ ਮੈਨੂੰ ਕਹਿੰਦੀ ਕਿ ਤੂੰ ਬਿਰੋਧ ਖੰਨਾ ਨਾਲ ਲੜ ਖਰੇਗਾ ਆਪਾਂ ਭਰਾ ਹੀ ਲੱਗਦਾ ਤੇ ਕੋਈ ਤੁਸੀਂ ਤੁਸ ਤਰਮਪਾ ਜੀ ਆ ਕੇ ਥੋੜੀ ਜਗ੍ਹਾ ਇੱਥੇ ਬੈਠੇ ਹੁਣ ਹਾਂਜੀ ਤੇ ਇੱਧਰ ਸੁਰੀਲੀ ਆਪਣੇ ਸੁਰ ਦੇ ਹਿਸਾਬ ਨਾਲ ਪੁੱਛ ਰਹੀ ਹੋ ਹੂੰ ਤੇ ਬਾਜੀ ਕਿੱਦਾਂ ਫਿਰ ਦੇਣਗੇ ਜਵਾਬ ਸੁਰੀਲੀ ਨਾਲ ਕਿੱਦਾਂ ਗੱਲ ਕਰਨਗੇ ਅ ਧਰਮਜੀਤ ਹੀ ਤਾਂ ਤੁਹਾਨੂੰ ਪਤਾ ਹੀ ਹੈ ਜਿਸ ਮੂਡ ਚ ਹੁੰਦੇ ਆ ਉਹ ਮੈਂ ਤਾਂ ਮਿਲੇ ਕਾਫੀ ਹਾਂ ਤੁਹਾਨੂੰ ਪਤਾ ਹੀ ਹੈ ਮੈਂ ਆ ਰਿਹਾ ਹਾਂ ਸੁਰੀਲੀ ਸੁਰੀਲੀ ਜੀ ਬਸੰਤੀ ਬਣਾ ਦੇਣਾ ਸੀ ਉਹਨਾਂ ਨੇ ਉਹ ਸੱਚੇ ਨਾਈਸ ਵਰਸ਼ਨ ਗ੍ਰੇਟ ਨੂੰ ਧਰਮਜੀਤ ਨੂੰ ਯਾਦ ਆ ਇੱਕ ਗੱਲ ਕਿੱਸਾ ਚਲੋ ਸੁਰੀਲੀ ਜੀ ਇੱਕ ਕਿੱਸਾ ਛੋਟਾ ਜਿਹਾ ਮੈਂ ਕਿਹਾ ਨਾ ਪੁਲਿਸ ਵਾਲਾ ਗੁੰਡਾ ਫਿਲਮ ਕਰ ਰਿਹਾ ਸੀ ਉਹਨਾਂ ਦੇ ਨਾਲ ਬਾਜੀ ਨਾਲ ਤੇ ਅਜੀ ਨਵੇਂ ਨਵੇਂ ਸੀ ਉਦੋਂ ਤੇ ਪੁਲਿਸ ਤੇ ਉਹ ਹਵਾਲਾ ਤੇ ਕੁੱਟਦੇ ਆ ਭਾਜੀ ਗੱਤੇ ਦਾ ਹੁੰਦਾ ਵੈ ਤਾਂ ਡੰਡਾ ਉਹ ਮੇਰੀ ਅੱਖ ਤੇ ਲੱਗ ਗਿਆ ਉਹ ਤੇ ਉਹ ਕਹਿੰਦੇ ਆ ਮੁੰਡੇ ਨੂੰ ਲਿਆਓ ਯਾਰ ਉਹ ਦੁੱਧ ਦ ਤੇ ਹਲਦੀ ਹਲਦੀ ਉਲੀ ਪਾ ਕੇ ਬਰਬੁਰ ਫਲਾਓ ਮੈਂ ਬਾਹਰ ਬਹਿ ਕੇ ਕਮਾਲਿਸਤਾਨ ਸਟੂਡੀਓ ਦੇ ਬੈਂਚ ਦੇ ਤੇ ਉਹ ਵੈਂਡੀ ਚਲੇ ਗਏ ਉਹ ਰਣਜੀਤ ਅਜੀਤ ਵਜਾਨੀ ਜਾ ਕੇ ਤਾਸ਼ ਖੇលਦੇ ਰਹਿੰਦੇ ਸੀ ਤੇ ਆਏ ਮੈਂ ਉੱਥੇ ਬੈਠਾ ਹੋਇਆ ਕਹਿੰਦੇ ਕੀ ਗੱਲ ਛੋਟੇ ਤੂੰ ਦੁੱਧ ਦ ਪੀਤਾ ਮੈਂ ਕਿਹਾ ਜੀ ਏਦਾਂ ਹੀ ਕਹੋ ਉਹਨਾਂ ਸਾਹਿਬ ਨੇ ਕੀ ਬੋਲਣਾ ਆਪਾਂ ਨਾ ਅੱਖ ਦੇਖੀ ਉਹਦੇ ਕਹਿੰਦੇ ਕੋਈ ਲਾਇਆ ਲੋਇ ਨਹੀਂ ਮੈਂ ਕਿਹਾ ਜੀ ਕਿਸ ਨੇ ਲਾਈ ਨਹੀਂ ਵਰ ਬਾਅਦ ਸੇ ਉਹ ਕਿੱਸਾ ਮੈਂ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਭਾਜੀ ਨੇ ਆਪਣੀ ਬੁਲੰਦ ਆਵਾਜ਼ ਨਾਲ ਸ਼ਬਦ ਬੋਲਦੇ ਹੋਏ ਆਵਾਜ਼ ਮਾਰੇਗਾ ਗੱਡ ਕੇ ਯਕੀਨ ਮੰਨ ਲਓ ਕੋਈ ਸੈੱਟ ਤੇ ਜਿੰਨੇ ਐਕਟਰਾਂ ਦੇ ਮੇਕਅਪਰ ਮੈਂ ਸੀਗੇ ਤੇ ਜਿੰਨੇ ਪ੍ਰੋਡਕਸ਼ਨ ਵਾਲੇ ਸੀਗੇ ਉਹ ਲਾਈਨ 'ਚ ਲੱਗੇ ਸਾਰੇ ਬਰਫ ਲਈ ਵਤੁਰੇ ਫਿਰਨ ਮੈਂ ਦੁੱਧਾਤ ਉਹਨਾਂ ਨੂੰ ਸਿਰ ਇੰਨਾ ਜੀ ਕਿ ਮੈਂ ਪੰਜਾਬ ਤੋਂ ਆ ਲੁਧਿਆਣੇ ਤੋਂ ਆ ਜਸਾਨੇ ਨਾਲ ਬੜਿਆ ਉਹ ਜਵਾਕਾਂ ਨੂੰ ਪਿਆਰ ਕਰਦਾ ਬਹੁਤ ਕਰਦੇ ਆ ਜੈਮੋ ਆਫ ਅ ਪਰਸਨ ਵਾਹ ਭਾਈ ਇਹ ਤਾਂ ਸੁਰੀਲੀ ਨੂੰ ਤਾਂ ਮਰ ਯਾਦ ਰਹੂਗਾ ਜੀ ਤਾਂ ਨਹੀਂ ਕਰ ਰਿਹਾ ਪਰ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਂਦਾ ਪਰ ਉਸ ਤੋਂ ਪਹਿਲਾਂ ਦੋ ਕੰਮ ਕਰਨੇ ਆ ਇੱਕ ਤਾਂ ਦੋਵੇਂ ਸ਼ਿਕਾਰੀ ਆਪਣੀ ਵੈਬ ਸੀਰੀਜ਼ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਸ਼ਿਕਾਰੀ ਪਹਿਲੀ ਤੁਸੀਂ ਦੇਖੀ ਹੋਈ ਐ ਬੜਾ ਪਿਆਰ ਵੀ ਦਿੱਤਾ ਉਹਨੂੰ ਬੜਾ ਲਿਗ ਦਿੱਤਾ ਤੁਸੀਂ ਤੇ ਹੁਣ ਸ਼ਿਕਾਰੀ 2 ਹੈ ਇਹ ਥੋੜੀ ਡਿਫਰੈਂਟ ਹੈ ਥੋੜੀ ਜਿਹਾ ਜਿਆਦਾ ਬੈਟਰ ਤੇ ਨਹੀਂ ਮਤਲਬ ਬੈਟਰ ਤੇ ਹੈਗੀ ਹੈਗੀ ਇਹਦੇ ਚ ਮੈਸੇजेस ਬਹੁਤ ਨੇ ਹਮ ਹਮ ਨਹੀਂ ਜਨਰੇਸ਼ਨ ਲਈ ਜੋ ਨਾਈ ਸੋਸਾਇਟੀ ਦੇ ਵਿੱਚ ਕੁਝ ਇਦਾਂ ਦੀ ਚੀਜ਼ਾਂ ਹੁੰਦੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਉਹਨੂੰ ਵੀ ਸੁਧਾਰਦੇ ਨੇ ਸ਼ਿਕਾਰੀ ਉਹ ਐਕਚੁਅਲੀ ਇਹ ਸ਼ਿਕਾਰੀ ਇਸ ਤੇ ਪੂਰੇ ਹੀਰੋ ਬਣੇ ਹੋਏ ਨੇ ਤੇ ਐਂਟਰਟੇਨਮੈਂਟ ਖਾਸਾ ਖੇਡਾ ਉਦਾਂ ਦਾ ਹੀ ਹੈ ਸਾਰਾ ਕੁਝ ਲੇਕਿਨ ਮੀਨੀਫੁਲ ਚੀਜ਼ਾਂ ਹੋਰ ਬਹੁਤ ਜ਼ਿਆਦਾ ਨੇ ਜੋ ਸ਼ਿਕਾਰੀ ਸੀਜ਼ਨ 2 ਚ ਤੁਸੀਂ ਦੇਖ ਰਹੇ ਹੋਗੇ ਮੈਂ ਵੀ ਇਹੋ ਕਹਿਣਾ ਚਾਹਣਾ ਜੀ ਜੋ ਦੁੱਗਲ ਸਾਹਿਬ ਨੇ ਕਿਹਾ ਕਿ ਪਹਿਲੀ ਇਹ 파ਟ ਨੂੰ ਤੁਸੀਂ ਇੰਸ਼ਕਾਰੀ 파ਟ 1 ਨੂੰ ਬਹੁਤ ਪਿਆਰ ਦਿੱਤਾ ਤੇ ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਅਗਲੇ ਆ ਦੂਜੇ ਸੀਜ਼ਨ ਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦਿਓਗੇ ਤਾਂ ਕਿ ਅਸੀਂ ਹੋਰ ਬਹੁਤ ਸਾਰੀ ਡੇਟ ਵੀ ਦੱਸ ਦਿਓ ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਜਾਂ ਇਸ ਤਰ੍ਹਾਂ ਦੀਆਂ ਵੈਬ ਸੀਰੀਜ਼ ਲੈ ਕੇ ਆਈਏ ਤੁਹਾਡੇ ਲਈ ਤੇ ਤਰੀਕ ਹੈ ਜੀ 13 ਜਨਵਰੀ ਜਿਸ ਦਿਨ ਰਿਲੀਜ਼ ਹੋਣੀ ਹੈ ਨਵੇਂ ਸਾਲ ਦਾ ਤੋਹਫਾ ਨਵੇਂ ਸਾਲ ਦਾ ਤੋਹਫਾ ਹੈ ਤੇ ਚੋਪਾਲ ਤੇ ਹੋਣੀ ਹੈ ਇਹਨੂੰ ਡਾਊਨਲੋਡ ਕਰ ਲਓ ਹਾਂਜੀ ਤੇ 13 ਤਰੀਕ ਨੂੰ ਚੋਪਾਲ ਤੇ ਰਿਲੀਜ਼ ਹੋ ਜਾਣੀ ਹੈ ਜੀ ਸਾਡੀ ਸ਼ਿਕਾਰੀ ਸੀਜ਼ਨ 2 ਜ਼ਰੂਰ ਵੇਖੋ ਤੇ ਹੁਣ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ ਲਓ ਆਜੋ ਅੱਜ ਸੁਰੀਲੀ ਦੇ ਨਾਲ ਸੈਲਫੀ ਲਓ ਜੀ ਜੀ ਸੁਰੀਲੀ ਕਿਉ ਤੁਹਾਡੇ ਦੋਹਾਂ ਦਾ ਸਾਡੇ ਵੇੜੇ ਆ ਕੇ ਰੌਣਕਾਂ ਲਾਉਣ ਲਈ ਤੇ ਤੁਸੀਂ ਵੇਖਦੇ ਰਹੋ The Cross Century View Season 2 ਆਪਣੀਆਂ ਫੇਵਰਿਟ ਪੰਜਾਬੀ ਫਿਲਮਾਂ ਅਤੇ ਸ਼ੋਅਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ